ਈਡੀ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਉਹਦੀਆਂ ਕਾਰਵਾਈਆਂ ਕਿਸ ਤਰੀਕੇ ਦੇ ਨਾਲ ਆਧਾਰਿਤ ਹੁੰਦੀਆਂ ਨੇ, ਅੱਜ ਡਿਟੇਲ 'ਚ ਗੱਲ ਕਰਾਂਗੇ। ਮੇਰੇ ਨਾਲ ਸਾਬਕਾ ਡਿਪਟੀ ਡਾਇਰੈਕਟਰ ਈਡੀ ਦੇ ਨਿਰੰਜਨ ਸਿੰਘ ਹੋਰੀ ਮੌਜੂਦ ਨੇ। ਈਡੀ ਦੇ ਸੰਬੰਧ ਇਹ ਵੀ ਮਤਲਬ ਹੈ ਕਿ ਜੇ ਸੱਦ ਲਿਆ ਤਾਂ ਇਹ ਬਿਠਾ ਹੀ ਲੈਣਗੇ, ਜੋ ਅਰਵਿੰਦ ਕੇਜਰੀਵਾਲ ਹੋਰਾਂ। ਜੇ ਕੋਈ ਡਰਦਾ ਬੰਦਾ ਕਿ ਮੈਨੂੰ ਅਰੈਸਟ ਕਰ ਲੈਣਗੇ ਅਤੇ ਉਸ ਡਰ ਦਾ ਤਾਂ ਕੋਈ ਇਲਾਜ ਨਹੀਂ। ਈਡੀ ਦਾ ਡਰ ਵੀ ਬਹੁਤ ਹੈ ਅੱਜ ਦੇ ਸਮੇਂ 'ਚ, ਦੇਖਿਆ ਹੀ ਹੈ ਕਿ ਰਾਤੋ ਰਾਤ ਸਰਕਾਰਾਂ ਵੀ ਬਦਲਦੀਆਂ ਨੇ। ਇਨੋਸੈਂਟ ਬੰਦੇ ਨੂੰ ਈਡੀ ਨੇ ਕੁਛ ਨਹੀਂ ਕਹਿਣਾ। ਅੱਜ ਦੇ ਸਮੇਂ 'ਚ ਈਡੀ ਦੇ ਉੱਤੇ ਸਵਾਲ ਵੀ ਬਹੁਤ ਚੁੱਕੇ ਜਾ ਰਹੇ ਨੇ ਕਿ ਸਭ ਤੋਂ ਜਿਹੜਾ ਕਿ ਪ੍ਰੈਸ਼ਰ ਦੇ ਵਿੱਚ ਕੰਮ ਕਰਨ ਵਾਲਾ, ਸੈਂਟਰ ਤੋਂ ਚੱਲਣ ਵਾਲਾ ਡਿਪਾਰਟਮੈਂਟ ਈਡੀ ਹੈ। ਡਿਪਾਰਟਮੈਂਟ ਤਾਂ ਡਿਪਾਰਟਮੈਂਟ ਛੋਟਾ ਜਿਹਾ ਡਿਪਾਰਟਮੈਂਟ ਹੈ, ਕਿਉਂਕਿ ਪ੍ਰੈਜੈਂਸ ਕੋਈ ਜ਼ਿਆਦਾ ਨਹੀਂ, ਮੇਰੇ ਖਿਆਲ 2000 ਬੰਦੇ ਹੋਣੇ ਸਾਰੇ ਇੰਡੀਆ 'ਚ। ਪਰ ਡਰ ਸਭ ਤੋਂ ਵੱਧ ਇਹਦਾ ਹੀ ਹੈ। ਡਰ ਸਭ ਤੋਂ ਵੱਧ ਇਸ ਲਈ ਹੈ ਕਿਉਂਕਿ ਹਾਈ ਫਾਈ ਮੈਟਰ ਆ ਜਾਂਦੇ, ਅਤੇ ਜਾਂ ਤਾਂ ਸਰਕਾਰੀ ਅਫਸਰ ਕਰਪਸ਼ਨ ਕਰਦੇ ਜਾਂ ਫਿਰ ਮੰਤਰੀ ਕਰਦੇ। ਜੇ ਤੁਸੀਂ ਇਹਨਾਂ ਨੂੰ ਨਹੀਂ ਫੜੋਗੇ ਤਾਂ ਫਿਰ ਤਾਂ ਲੋਕਾਂ ਦੇ ਪੈਸੇ ਤਾਂ ਇਹ ਖਾਈ ਜਾਂਦੇ। ਜੇ ਇਹ ਲੱਗਦਾ ਹੈ ਕਿ ਅਪੋਜੀਸ਼ਨ ਵਾਲਿਆਂ ਨੂੰ ਕਰਦੇ ਆ, ਤਾਂ ਮਤਲਬ ਕਿ ਉਹਦੇ ਵਿੱਚ ਜਿਹੜੇ ਬੰਦੇ ਆ ਸਾਰੇ ਜ਼ਿਆਦਾ ਅਪੋਜੀਸ਼ਨ ਵਾਲੇ, ਉਹਨਾਂ 'ਚ ਕੋਈ ਪ੍ਰੋਬਲਮ ਹੈ। ਇਹ ਜਿਹੜੀ ਡਰੱਗ ਮਨੀ ਹੈ ਸਰ, ਇਹ ਕਿਸ ਤਰੀਕੇ ਦੇ ਨਾਲ ਅੱਗੇ ਹੌਲੀ ਹੌਲੀ ਛੋਟੇ ਛੋਟੇ ਪਾਰਟਸ 'ਚ ਇਨਵੈਸਟ ਜਦੋਂ ਕਰਦੇ ਨੇ, ਫਰਦਰ ਉਦੋਂ ਨਹੀਂ ਸਰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਹੁੰਦੀ? ਡਰੱਗ ਦਾ ਇਸ ਤਰ੍ਹਾਂ ਹੈ ਕਿ ਜੇ ਸਪੋਜ਼ ਜੇ ਬਾਹਰ ਦੀ ਆਪਾਂ ਮੰਨੀਏ ਡਰੱਗ ਜਿਹੜੀ ਸਾਡੀ ਬਾਰਡਰ ਤੋਂ ਆ ਰਹੀ ਹੈ, ਉਹਦੀ ਇੱਥੇ ਜਿਸ ਟਾਈਮ ਐਂਟਰ ਕਰਦੀ ਹੈ ਉਹ 1 ਲੱਖ ਰੁਪਇਆ ਤਕਰੀਬਨ ਉਹਦੀ ਵੈਲਿਊ, ਪਰ ਜਿਸ ਟਾਈਮ ਅਸੀਂ ਟ੍ਰਾਂਸਫਰ ਕਰਦੇ ਹਾਂ ਇੱਥੋਂ ਜਾਂ ਜਿਸ ਟਾਈਮ ਅਸੀਂ ਕੰਜ਼ਿਊਮ ਕਰਦੇ ਹਾਂ ਇੰਟਰਨੈਸ਼ਨਲ ਲੈਵਲ ਦੇ ਮਾਰਕੀਟ, ਉਹ 5 ਕਰੋੜ ਰੁਪਇਆ ਕੇ ਬਹੁਤ ਜ਼ਿਆਦਾ ਪ੍ਰੋਫਿਟ, ਬਹੁਤ ਜ਼ਿਆਦਾ ਡਰੱਗ ਦੇ ਉੱਪਰ ਬਹੁਤ ਐਕਟਿਵਲੀ ਪ੍ਰੋਐਕਟਿਵਲੀ ਕੰਮ ਕਰਨਾ ਪੈਣਾ, ਅਦਰਵਾਈਜ਼ ਤਾਂ ਇਹ ਸਪਰੈਡ ਜ਼ਿਆਦਾ ਹੋ ਰਿਹਾ। ਦਬਾਅ ਕਿਸ ਤਰੀਕੇ ਦਾ ਰਹਿੰਦਾ ਸਰ ਅਫਸਰਾਂ 'ਤੇ? ਅਫਸਰਾਂ 'ਤੇ ਦਬਾਅ ਰਹਿੰਦਾ। ਅੱਜ ਇੱਕ ਇਹੋ ਜਿਹੇ ਮਹਿਕਮੇ ਦੀ ਗੱਲ ਕਰਾਂਗੇ ਜਿਹਦਾ ਨਾਂ ਸੁਣ ਕੇ ਮੰਤਰੀ ਹੋਣ, ਬਿਜ਼ਨਸਮੈਨ ਹੋਣ ਜਾਂ ਗਲਤ ਤਰੀਕੇ ਨਾਲ ਕੰਮ ਕਰਨ ਵਾਲਾ ਬੰਦਾ ਜਿਹੜਾ ਘਬਰਾ ਵੀ ਜਾਂਦਾ, ਅਤੇ ਖਾਸ ਕਰਕੇ ਇਸ ਮਹਿਕਮੇ ਦਾ ਜਦੋਂ ਨਾਂ ਸੁਣਦਾ ਅਤੇ ਦਿਮਾਗ 'ਚ ਪਹਿਲੀ ਗੱਲ ਆਉਂਦੀ ਕਿ ਜੇਕਰ ਇਹਨੇ ਜੱਫਾ ਮਾਰ ਲਿਆ ਤਾਂ ਇਹ ਛੁੱਟਣਾ ਬਹੁਤ ਮੁਸ਼ਕਿਲ ਹੈ। ਗੱਲ ਕਰ ਰਿਹਾ ਮੈਂ ਈਡੀ ਦੀ, ਇਨਫੋਰਸਮੈਂਟ ਡਾਇਰੈਕਟੋਰੇਟ ਦੀ। ਈਡੀ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ, ਉਹਦੀਆਂ ਕਾਰਵਾਈਆਂ ਕਿਸ ਤਰੀਕੇ ਦੇ ਨਾਲ ਆਧਾਰਿਤ ਹੁੰਦੀਆਂ ਨੇ, ਅੱਜ ਡਿਟੇਲ 'ਚ ਗੱਲ ਕਰਾਂਗੇ। ਕਈ ਐਸੇ ਸਵਾਲ ਨੇ ਜੋ ਆਮ ਲੋਕਾਂ ਦੀ ਸਮਝ ਤੋਂ ਪਰੇ ਹੁੰਦੇ ਨੇ, ਅਤੇ ਖਾਸ ਕਰਕੇ ਈਡੀ ਕਿਸ ਤਰੀਕੇ ਦੇ ਨਾਲ ਮਾਮਲਿਆਂ ਨੂੰ ਇਨਵੈਸਟੀਗੇਟ ਕਰਦੀ ਹੈ ਅਤੇ ਅਖੀਰ ਤੱਕ ਮਾਮਲਿਆਂ ਨੂੰ ਕਿਵੇਂ ਲੈ ਕੇ ਜਾਂਦੀ ਹੈ, ਅੱਜ ਉਹਦੇ 'ਤੇ ਡਿਟੇਲ 'ਚ ਗੱਲਬਾਤ ਕਰਾਂਗੇ। ਮੇਰੇ ਨਾਲ ਸਾਬਕਾ ਡਿਪਟੀ ਡਾਇਰੈਕਟਰ ਈਡੀ ਦੇ ਨਿਰੰਜਨ ਸਿੰਘ ਹੋਰੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ ਨਿਰੰਜਨ ਜੀ। ਸ਼ੁਰੂਆਤ ਸਰ ਇਸੇ ਚੀਜ਼ ਦੀ ਕਰਾਂਗੇ, ਬਹੁਤ ਸਾਰੇ ਲੋਕ ਨੇ, ਪਤਾ ਵੀ ਉਹਨਾਂ ਨੂੰ ਹੋਏਗਾ, ਹਾਲਾਂਕਿ ਕਈ ਲੋਕਾਂ ਦੇ ਦਿਮਾਗ 'ਚ ਵੀ ਕਈ ਚੀਜ਼ਾਂ ਨੇ ਈਡੀ ਨੂੰ ਲੈ ਕੇ ਕਿ ਈਡੀ ਜਿਹੜੀ ਹੈ ਇੰਡੀਪੈਂਡੈਂਟ ਇੱਕ ਆਪਣੇ ਆਪ ਦੇ ਵਿੱਚ ਏਜੰਸੀ ਹੈ, ਕੰਮ ਕਿਸ ਤਰੀਕੇ ਨਾਲ ਹੁੰਦਾ, ਪਰ ਸ਼ੁਰੂਆਤ 'ਚ ਇਹ ਗੱਲ ਜ਼ਰੂਰ ਜਾਣਨੀ ਮੈਂ ਚਾਹਾਂਗਾ ਕਿ ਈਡੀ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਕਦੋਂ ਸ਼ੁਰੂ ਹੁੰਦੀ ਸਰ? ਈਡੀ ਇਸ ਟਾਈਮ 2 ਜਿਹੜੇ ਲਾਜ਼ ਨੇ, ਸਪੈਸ਼ਲ ਲਾਜ਼ ਨੇ, ਉਹ ਇਨਵੈਸਟੀਗੇਟ ਕਰਦੇ, ਇਨਫੋਰਸ ਕਰਦੇ। ਇੱਕ ਹੈਗਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, ਠੀਕ ਹੈ ਜੀ। ਦੂਸਰਾ ਹੈਗਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜੀ। ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਜਿਹੜਾ ਹੈ ਉਹ ਇੱਕ ਸਿਵਲ ਲਾਅ ਹੈ, ਉਹਦੇ ਵਿੱਚ ਅਸੀਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਆਪਣੀ ਸਿਸਟਮ ਹੈ ਇੰਟੈਲੀਜੈਂਸ ਗੈਦਰ ਕਰਨ ਦਾ, ਇਨਕੁਆਇਰੀ ਕਰਨ ਦਾ, ਸਰਵਲੈਂਸ ਕਰਨ ਦਾ, ਜਿਹੜਾ ਸਾਡੀ ਫੋਰਨ ਐਕਸਚੇਂਜ ਜਿਹੜੀ ਹੈ ਬਾਹਰ ਨਾ ਜਾਵੇ ਇਲੀਗਲੀ, ਜਾਂ ਕੋਈ ਉਹਦੇ ਵਿੱਚ ਇਲੀਗਲ ਟ੍ਰਾਂਜੈਕਸ਼ਨ ਨਾ ਹੋਵੇ,
ਜਾਂ ਕੋਈ ਬਾਹਰ ਇਲੀਗਲ ਤਰੀਕੇ ਨਾਲ ਪ੍ਰੋਪਰਟੀਜ਼ ਜਾਂ ਅਸੈਟਸ ਨਾ ਬਣਾ ਲੈਣ, ਉਹ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਈਡੀ ਕਰਦਾ ਹੈ। ਇਨਵੈਸਟੀਗੇਸ਼ਨ ਸਰਚਿਜ਼ ਕਰਦੇ ਆ, ਸੰਮਨ ਕਰਦੇ ਆ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਦੀ ਸ਼ੋ ਕਾਜ ਹੁੰਦੇ ਹੈ, ਐਡਜੂਡੀਕੇਸ਼ਨ ਹੁੰਦੀ ਹੈ, ਪੈਨਲਟੀ ਅਸੀਂ ਲਾਉਂਦੇ ਹਾਂ, ਕਨਫਿਸਕੇਟ ਹੁੰਦਾ ਹੈ। ਸੋ ਇੱਕ ਤਾਂ ਹੀ ਹੈਗਾ ਜਿਹੜਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਅੰਡਰ ਆਉਂਦਾ, ਫੇਮਾ ਜਿਹਨੂੰ ਕਹਿੰਦੇ, ਉਹ ਇੱਕ ਸਿਵਲ ਲਾਅ ਹੈ। ਉਸ ਤੋਂ ਇਲਾਵਾ ਜਿਹੜਾ ਦੂਸਰਾ ਜਿਹੜਾ ਸਾਡੇ ਕੋਲ ਕਾਨੂੰਨ ਹੈ ਉਹ ਇੱਕ ਕ੍ਰਿਮੀਨਲ ਲਾਅ ਹੈ, ਉਹ ਹੈਗਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, ਜਿਹਨੂੰ PMLA ਅਸੀਂ ਕਹਿੰਦੇ ਹਾਂ। ਤੋ PMLA ਸਾਡਾ ਅਸੀਂ 2005 ਤੋਂ ਅਸੀਂ ਇਨਫੋਰਸ ਕਰ ਰਹੇ ਹਾਂ ਇਨਫੋਰਸਮੈਂਟ ਡਾਇਰੈਕਟੋਰੇਟ। ਅਤੇ ਇਨੀਸ਼ਲੀ ਕਿਉਂਕਿ ਕੋਈ ਵੀ ਕਾਨੂੰਨ ਜਿਸ ਟਾਈਮ ਇਨੀਸ਼ਲ ਬਣਦਾ ਹੈ ਉਹਨੂੰ ਫੁੱਲ ਫਲੈਜਡ ਤਰੀਕੇ ਨਾਲ ਇਨਫੋਰਸ ਕਰਨਾ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ, ਬਿਕਾਜ਼ ਰਿਸੋਰਸਿਸ ਚਾਹੀਦੇ ਨੇ, ਡਿਫਰੈਂਟ ਡਿਫਰੈਂਟ ਜਗ੍ਹਾ ਦੇ ਉੱਪਰ ਆਫਿਸਿਸ ਚਾਹੀਦੇ ਨੇ, ਦੈਨ ਜਿਹੜੇ ਸਟਾਫ ਹੈ ਉਹਨਾਂ ਨੂੰ ਇਨਟਿਊਨ ਕਰਨਾ ਹੈਗਾ, ਉਹਨਾਂ ਨੂੰ ਟ੍ਰੇਨਿੰਗ ਦੇਣੀ ਹੈ, ਫਰਦਰ ਤਿਆਰ ਕਰਨਾ ਹੈ। ਸੋ 2005 ਤੋਂ ਇਹ ਐਕਟ ਅਸੀਂ ਇਨਫੋਰਸ ਕਰ ਰਹੇ ਹਾਂ ED ਦੇ ਵਿੱਚ। ਅਤੇ ਇਸ ਦੇ ਵਿੱਚ ਤਕਰੀਬਨ ਜਿਹੜੇ ਸੀਰੀਅਸ ਕ੍ਰਾਈਮਜ਼ ਹੈ, ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਉਹ ਕ੍ਰਿਮੀਨਲ ਹੈ, ਉਹ ਸਾਰੇ ਹੀ ਤਕਰੀਬਨ ਅਸੀਂ ਇਨਵੈਸਟੀਗੇਟ ਕਰਦੇ ਹਾਂ। ਇੱਕ ਤੁਸੀਂ ਗੱਲ ਆਖੀ ਸਮਨਿੰਗ ਦੀ, ਸਮਨਿੰਗ ਦਾ ਪ੍ਰੋਸੈਸ ਸਰ ਕਦੋਂ ਸ਼ੁਰੂ ਹੁੰਦਾ ਵੈ? ਸਮਨਿੰਗ ਅਲੱਗ ਅਲੱਗ, ਆਪਾਂ ਪਹਿਲਾਂ ਮਨੀ ਲਾਂਡਰਿੰਗ ਐਕਟ ਦੇ ਵਿੱਚ ਗੱਲ ਕਰਨੀ, ਬਿਲਕੁਲ। ਸੋ ਸਾਡੇ ਕੋਲ ਜਿਸ ਟਾਈਮ ਇਨਕੁਆਇਰੀ ਆਉਂਦੀ ਹੈ, ਕੋਈ ਇਨਫੋਰਮੇਸ਼ਨ ਆਉਂਦੀ ਹੈ, ਅਤੇ ਕੇਸ ਅਸੀਂ ਜਿਸ ਟਾਈਮ ਦਰਜ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਇੰਟਰਨਲ ਜਿਹੜੀ ਸਾਡੀ ਵੈਰੀਫਿਕੇਸ਼ਨ ਹੈ, ਇਨਕੁਆਇਰੀਜ਼ ਹੈ, ਉਹ ਅਸੀਂ ਕਰਕੇ ਅਤੇ ਉਸ ਟਾਈਮ ਕੰਸੀਡਰ ਕਰਦੇ ਹਾਂ ਕਿ ਇਨਵੈਸਟੀਗੇਸ਼ਨ ਵਾਸਤੇ ਕਿਸ ਕਿਸ ਬੰਦੇ ਦੀ ਸਟੇਟਮੈਂਟ ਜਾਂ ਐਵੀਡੈਂਸ ਜ਼ਰੂਰੀ ਹੈ। ਫਿਰ ਉਹਨਾਂ ਨੂੰ ਅਸੀਂ ਸਮਨ ਕਰਦੇ ਹਾਂ, ਅਤੇ ਕਈ ਵਾਰ ਇਹ ਹੁੰਦਾ ਕਿ ਸਮਨ ਕਰਨ ਤੋਂ ਪਹਿਲਾਂ ਜੇ ਕਾਫੀ ਕੁਛ ਸਾਡੇ ਕੋਲ ਇਸ ਤਰ੍ਹਾਂ ਦਾ ਮਟੀਰੀਅਲ ਮੌਜੂਦ ਹੈ ਕਿ ਫਿਰ ਤਲਾਸ਼ੀਆਂ ਵੀ ਕਰਦੇ ਹਾਂ ਅਸੀਂ, ਸਰਚਿਜ਼ ਹੁੰਦੀਆਂ, ਸਰਚ ਵੀ ਹੁੰਦੀਆਂ ਨੇ, ਤਲਾਸ਼ੀਆਂ ਹੁੰਦੀਆਂ, ਅਤੇ ਉਸ ਤੋਂ ਬਾਅਦ ਫੋਰ ਫਰਦਰ ਇਨਵੈਸਟੀਗੇਸ਼ਨ ਟੂਗੈਦਰ ਐਵੀਡੈਂਸ, ਅਤੇ ਫਿਰ ਉਹਨਾਂ ਦੀ ਸਮਨਿੰਗ ਹੁੰਦੀ ਹੈ, ਸਟੇਟਮੈਂਟਸ ਰਿਕਾਰਡ ਹੁੰਦੀਆਂ ਨੇ, ਅਤੇ ਜੇ ਰਿਕੁਆਇਰਡ ਹੈ ਤਾਂ ਫਿਰ ਅਸੀਂ ਅਰੈਸਟ ਕਰਦੇ ਹਾਂ। ਅਰੈਸਟ ਤੋਂ ਬਾਅਦ ਫਿਰ ਉਹੀ ਸੇਮ ਜਿਹੜਾ IPC ਦੇ ਰੂਲਜ਼ ਹੈ, CRPC ਦੇ ਰੂਲਜ਼ ਹੈ, ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕਰਦੇ ਹਾਂ ਵਿਦਿਨ 24 ਆਵਰਸ, ਬਾਕੀ ਜਿਹੜਾ ਜ਼ਾਬਤਾ ਹੈਗਾ ਉਹ ਲਾਗੂ ਹੁੰਦਾ। ਇੱਕ ਇੱਥੇ ਸਰ ਹੋਰ ਵੀ ਗੱਲ ਬੜੀ ਅਹਿਮ ਹੋ ਜਾਂਦੀ ਜਦੋਂ ਸਮਨ ਦੀ ਗੱਲ ਹੁੰਦੀ ਹੈ, ਤੁਸੀਂ ਵੀ ਸੁਣਿਆ ਹੋਣਾ ਕਿ ਇਸ ਵਕਤ ਜੋ ਦਿੱਲੀ ਦੇ ਚਾਹੇ CM ਨੇ ਕੇਜਰੀਵਾਲ ਹੋ ਰਹੀ ਸਮਨ ਆਉਂਦੇ ਨੇ ਪੇਸ਼ ਨਹੀਂ ਹੁੰਦੇ, ਕਿਹੜੇ ਕਿਹੜੇ ਸਰ ਕੇਸਿਸ ਦੇ ਵਿੱਚ ਜਿਹੜਾ ਕਿ ਜਿੰਨੇ ਸਮਨ ਅਵੋਇਡ ਕੀਤੇ ਜਾ ਸਕਦੇ ਨੇ, ਫਿਰ ਉਸ ਤੋਂ ਬਾਅਦ ED ਆਪ ਇੰਡੀਪੈਂਡੈਂਟ ਹੋ ਕੇ ਕਾਰਵਾਈ ਕਰਦੀ ਹੈ, ਜਿਸ ਤਰੀਕੇ ਦੇ ਨਾਲ ਹੁਣ ਬਿਆਨ ਵੀ ਆਉਂਦੇ ਨੇ ਕਿ ਸਮਨ ਬੰਦਾ ਨਹੀਂ ਕਹੇ ਸਮਨ ਭੇਜਤਾ, ਮਨਸ਼ਾ ਕੁਛ ਹੋਰ ਹੈ ਗ੍ਰਿਫਤਾਰ ਕਰਨ ਦੇ ਕਿਸੇ, ਇਹਨਾਂ ਦੇ ਥੋੜ੍ਹਾ ਜਿਹਾ ਕਲੈਰਿਟੀ ਅਸੀਂ ਚਾਹਾਂਗੇ ਕਿ ਇਹਦੇ 'ਤੇ ਦੱਸੋ ਕਿ ਸਮਨ ਦਾ ਜਿਹੜਾ ਪ੍ਰੋਸੈਸ ਹੈ ਇਹ ਕਿਸ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਹੀ ਹੈ, ਬੇਸ ਕੀ ਬਣਦਾ ਸਰ? ਨਹੀਂ, ਸੰਮਨ ਤਾਂ ਜਿਸ ਟਾਈਮ ਇਨਵੈਸਟੀਗੇਟਿੰਗ ਅਫਸਰ ਜਿਹੜਾ IU ਹੈ ਉਹ ਇਹ ਸਮਝਦਾ ਹੈ ਕਿ ਸਟੇਟਮੈਂਟ ਕਿਸੇ ਦੀ ਲੈਣੀ ਜ਼ਰੂਰੀ ਹੈ, ਅਤੇ ਇਨਵੈਸਟੀਗੇਸ਼ਨ ਵਾਸਤੇ, ਫਰਦਰ ਇਨਵੈਸਟੀਗੇਸ਼ਨ ਵਾਸਤੇ ਕਿਸੇ ਦੀ ਸਟੇਟਮੈਂਟ ਲੈਣੀ ਜ਼ਰੂਰੀ ਹੈ, ਐਵੀਡੈਂਸ ਚਾਹੀਦਾ ਸਾਨੂੰ ਕੇਸ ਦੇ ਵਿੱਚ। ਸੋ ਉਸ ਟਾਈਮ ਸੰਮਨ ਇਸ਼ੂ ਕੀਤਾ ਜਾਂਦਾ, ਅਤੇ ਨੋਰਮਲੀ ਲੋਕ ਸੰਮਨ ਦਾ ਕੰਪਲਾਇੰਸ ਕਰਦੇ ਨੇ, ਨੋਰਮਲੀ ਲੋਕ ਕੰਪਲਾਇੰਸ ਕਰਦੇ, ਠੀਕ ਹੈ। ਕੁਛ ਲੋਕ ਕੰਪਲਾਇੰਸ ਨਹੀਂ ਕਰਦੇ, ਉਹ ਇੱਕ ਵਾਰ ਤੋਂ ਕੋਈ ਵਜ੍ਹਾ ਦੇ ਕੇ ਫਿਰ ਉਹ
ਅਡਜੋਨਮੈਂਟ ਮੰਗਦੇ ਆ, ਦੂਸਰਾ ਹੋਰ ਸਮਨ ਫਿਰ ਇਸ਼ੂ ਕਰ ਦਿੰਦੇ ਆ ਅਸੀਂ ਕਿ ਚਲੋ ਠੀਕ ਆ ਬਿਮਾਰ ਹੋ ਗਿਆ ਸੀ ਬੰਦਾ ਕਿਤੇ ਬਾਹਰ ਗਿਆ ਸੀ, ਉਹਦੇ ਵਾਸਤੇ ਵੀ ਈਡੀ ਡਿਸਾਈਡ ਕਰਦੀ ਹੈ ਕਿ ਰੀਜ਼ਨ ਵੈਲਿਡ ਹੈ ਜਾਂ ਨਹੀਂ। ਯੈਸ, ਜੇ ਬੋਨਾਫਾਈਡ ਰੀਜ਼ਨ ਹੈ ਕਿ ਸਮਬਡੀ ਸਿੱਕ ਬਿਮਾਰ ਹੈ ਉਹ, ਤੇ ਫਿਰ ਆਫ ਕੋਰਸ ਵੀ ਕੈਨ ਵੇਟ। ਕਿੰਨੇ ਸਮਨ ਜਿਹੜਾ ਹੈ ਈਡੀ ਲਗਾਤਾਰ ਭੇਜਦੀ ਹੈ, ਉਸ ਤੋਂ ਬਾਅਦ ਆਪ ਕਾਰਵਾਈ ਜਿਹੜੀ ਕੀ ਕਰਨ? ਨਹੀਂ, ਰੂਲ ਐਸਾ ਕੁਛ ਨਹੀਂ ਹੈਗਾ ਕਿ ਤੁਸੀਂ ਕਿੰਨੇ ਸਮਨ, ਪਰ ਨੋਰਮਲੀ ਇਹ ਹੈਗਾ ਕਿ ਜੇ ਬੋਨਾਫਾਈਡ ਰੀਜ਼ਨ ਨਹੀਂ ਹੈਗਾ ਤੇ ਬੰਦੇ ਨੂੰ ਆਉਣਾ ਚਾਹੀਦਾ। ਮੈਂ ਤਾਂ ਇਸ ਗੱਲ ਦਾ ਹਾਮੀ ਰਿਹਾ ਕਿ ਜੇ ਇੱਕ ਸਮਨ ਇਸ਼ੂ ਹੋਇਆ ਦੈਟ ਇਜ਼ ਸਫੀਸ਼ੀਐਂਟ, ਉਸ ਤੋਂ ਜ਼ਿਆਦਾ ਸਮਨ ਇਸ਼ੂ ਕਰਨ ਦੀ ਲੋੜ ਨਹੀਂ ਜੇ ਬੰਦੇ ਨੂੰ ਇੰਟੀਮੇਸ਼ਨ ਹੈਗੀ ਹੈ। ਹੁਣ ਤਾਂ ਪ੍ਰੈਸ ਦੇ ਵਿੱਚ ਵੀ ਆ ਜਾਂਦਾ, ਪ੍ਰੈਸ ਆ ਗਿਆ, ਇਹ ਤਾਂ ਨਹੀਂ ਮੰਨਾ ਲੈ ਸਕਦਾ ਕੋਈ ਕਿ ਮੈਨੂੰ ਪਤਾ ਨਹੀਂ ਸੀ, ਪ੍ਰੈਸ ਦੇ ਵਿੱਚ ਆ ਗਿਆ ਤਾਂ ਨਹੀਂ, ਇਟ ਇਜ਼ ਹਿਜ਼ ਡਿਊਟੀ ਐਜ਼ ਅ ਲਾਅ ਅਬਾਈਡਿੰਗ ਸਿਟੀਜ਼ਨ, ਕੋਈ ਵੀ ਐਕਸ ਵਾਈ ਜ਼ੈਡ ਕੋਈ ਵੀ ਹੈ, ਬਿਲਕੁਲ, ਇਟ ਇਜ਼ ਹਿਜ਼ ਡਿਊਟੀ, ਹੀ ਸ਼ੁੱਡ ਰਿਸਪੋਂਡ ਟੂ ਸਮਨ, ਹੀ ਸ਼ੁੱਡ ਜੁਆਇਨ ਦੀ ਇਨਵੈਸਟੀਗੇਸ਼ਨ। ਈਡੀ ਦਾ ਡਰ ਵੀ ਬਹੁਤ ਹੈ ਅੱਜ ਦੇ ਸਮੇਂ 'ਚ, ਦੇਖਿਆ ਹੀ ਹੈ ਕਿ ਰਾਤੋਂ ਰਾਤ ਸਰਕਾਰਾਂ ਵੀ ਬਦਲਦੀਆਂ ਨੇ। ਨਹੀਂ, ਈਡੀ ਦੀਆਂ ਛਾਪੇਮਾਰੀਆਂ ਤੇ ਨਹੀਂ, ਈਡੀ ਦਾ ਨਹੀਂ ਡਰ ਹੈਗਾ ਐਕਚੁਅਲੀ, ਕੀ ਹੈਗਾ ਕਿ ਜਿਹੜਾ ਲਾਅ ਹੈ ਨਾ ਕਾਨੂੰਨ ਜੀ, ਉਹਦਾ ਜਿਹੜਾ ਇਨਫੋਰਸਮੈਂਟ ਜਿਸ ਟਾਈਮ ਹੁੰਦਾ, ਕਾਨੂੰਨ ਦਾ ਇਨਫੋਰਸਮੈਂਟ ਹੁੰਦਾ, ਅਤੇ ਜੇ ਸਟਰੋਂਗ ਆਰਮ ਨਾਲ ਇਨਫੋਰਸਮੈਂਟ ਹੁੰਦਾ, ਫਿਰ ਜਿਹੜਾ ਕ੍ਰਿਮੀਨਲ ਹੈ ਜਾਂ ਜਿਹੜਾ ਸਸਪੈਕਟ ਹੈ ਜਾਂ ਜਿਹਨੇ ਕੁਛ ਕਾਨੂੰਨ ਤੋੜਿਆ, ਉਹ ਫਿਰ ਦੇਖਦਾ ਪ੍ਰੋਜ ਐਂਡ ਕੌਂਜ, ਮੈਨੂੰ ਕਿੰਨਾ ਫਾਇਦਾ ਹੋਊਗਾ ਨੁਕਸਾਨ ਹੋਊਗਾ, ਇਸ ਲਈ ਲੋਕ ਡਰਦੇ। ਅਦਰਵਾਈਜ਼ ਤਾਂ ਕਾਨੂੰਨ ਉਸੇ ਤਰ੍ਹਾਂ ਦਾ, ਇਨੋਸੈਂਟ ਬੰਦੇ ਨੂੰ ਈਡੀ ਨੇ ਕੁਛ ਨਹੀਂ ਕਹਿਣਾ, ਜੇ ਉਹਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਫਿਰ ਈਡੀ ਹੋਵੇ ਜਾਂ ਕੋਈ ਵੀ ਹੋਵੇ। ਪਰ ਅੱਜ ਦੇ ਸਮੇਂ 'ਚ ਈਡੀ ਦੇ ਉੱਤੇ ਸਵਾਲ ਵੀ ਬਹੁਤ ਚੁੱਕੇ ਜਾ ਰਹੇ ਨੇ ਕਿ ਸਭ ਤੋਂ ਜਿਹੜਾ ਕਿ ਪ੍ਰੈਸ਼ਰ ਦੇ ਵਿੱਚ ਕੰਮ ਕਰਨ ਵਾਲਾ, ਸੈਂਟਰ ਤੋਂ ਚੱਲਣ ਵਾਲਾ ਡਿਪਾਰਟਮੈਂਟ ਈਡੀ ਹੈ, ਕਾਰਵਾਈਆਂ ਸਿਰਫ ਓਪੋਜੀਸ਼ਨ 'ਤੇ ਧਿਆਨ ਈਡੀ ਦਾ ਹੀ ਜਾਂਦਾ ਪਿਆ। ਨਹੀਂ, ਇਹ ਦੇਖੋ ਜੀ, ਮੈਂ ਆਈ ਵਾਜ਼ ਇਨ ਸਰਵਿਸ ਫੋਰ 35 ਇਅਰਸ, 35 ਸਾਲ, ਬਹੁਤ ਲੰਬਾ ਤਜਰਬਾ ਤੁਹਾਡਾ, 35 ਸਾਲ ਜੀ। ਤੋ ਕਈ ਸਟੇਸ਼ਨਸ 'ਤੇ ਕੰਮ ਕੀਤਾ, ਚਾਹੇ ਦਿੱਲੀ ਹੋ ਗਿਆ, ਮਦਰਾਸ ਹੋ ਗਿਆ, ਹੈਦਰਾਬਾਦ ਹੋ ਗਿਆ, ਬੈਂਗਲੋਰ ਵੀ ਰਹੇ ਥੋੜ੍ਹੇ ਦਿਨ, ਦੈਨ ਸਪੈਸ਼ਲੀ ਬੰਬੇ ਵੀ ਜਾਂਦੇ ਰਹੇ, ਦੈਨ ਜੇ ਐਂਡ ਕੇ ਰਹੇ, ਚੰਡੀਗੜ੍ਹ ਰਹੇ, ਇੱਥੇ ਕਾਫੀ ਟਾਈਮ ਮੇਰਾ ਰਿਹਾ। ਸੋ ਮੇਰੇ ਹਿਸਾਬ ਨਾਲ ਜਿਹੜੇ ਕਾਰਵਾਈ ਹੈ ਕਿਸੇ ਵੀ ਏਜੰਸੀ ਦੀ, ਉਹ ਜਿਹੜਾ ਐਵੀਡੈਂਸ ਸਾਡੇ ਕੋਲ ਹੈਗਾ ਉਸਨੂੰ ਮੱਦੇ ਨਜ਼ਰ ਦੇਖ ਕੇ ਅੱਗੇ ਕਾਰਵਾਈ ਹੁੰਦੀ, ਜੇ ਅਸੀਂ ਸਮਨ ਇਸ਼ੂ ਕੀਤਾ ਹੈਗਾ ਤੇ ਫਿਰ ਮੇਰੇ ਹਿਸਾਬ ਨਾਲ ਤਾਂ ਬੰਦੇ ਨੂੰ ਆਉਣਾ ਚਾਹੀਦਾ। ਹੁਣ ਜੇ ਕੋਈ ਕਹਿੰਦਾ ਕਿ ਅੱਜ ਸਮਨ ਕਿਉਂ ਕੀਤਾ, ਕੱਲ ਕਿਉਂ ਨਹੀਂ ਕੀਤਾ, ਜਾਂ ਪਰਸੋਂ ਕਰ ਦਿੰਦੇ, ਜਾਂ ਇਲੈਕਸ਼ਨ ਆ ਗਿਆ ਜਾਂ ਇਲੈਕਸ਼ਨ ਆਉਣਾ ਸੀਗਾ, ਇਹ ਫਿਰ ਬੜੀ ਪ੍ਰੋਬਲਮ ਹੋ ਜਾਂਦੀ ਹੈ, ਕਿਉਂਕਿ ਕੱਲ ਕੋਈ ਵੀ ਕੁਛ ਵੀ ਕਹੂਗਾ, ਫਿਰ ਕਹੂਗਾ ਜੀ ਤੁਸੀਂ 10 ਸਾਲ ਰੁਕੀ ਜਾਓ, ਮੈਂ ਵੱਡਾ ਹੋ ਜਾਊਂਗਾ। ਪਰ ਸਵਾਲ ਫਿਰ ਉੱਥੇ ਤੋਂ ਉੱਥੇ ਮੇਰਾ ਬਰਕਰਾਰ ਹੈ ਕਿ ਡਿਪਾਰਟਮੈਂਟ ਇੰਡੀਪੈਂਡੈਂਟ ਹੈ ਜਾਂ ਸੈਂਟਰ ਤੋਂ ਚੱਲਦਾ ਹੈ, ਜੋ ਗੱਲਾਂ ਨੇ, ਕਿਉਂਕਿ ਬਹੁਤ ਸਾਰੇ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਕਿ ਸਵਾਲ ਬੜੇ ਅੱਜ ਦੇ ਸਮੇਂ ਦੇ ਵਿੱਚ ਈਡੀ ਦੇ ਉੱਤੇ ਖਾਸ ਕਰਕੇ ਚੱਕੇ ਜਾਂਦੇ ਨੇ ਕਿ ਓਪਰੇਟ ਸੈਂਟਰ ਤੋਂ ਹੀ ਹੁੰਦਾ। ਦੇਖੋ, ਇਹ ਸੈਂਟਰ ਦਾ ਡਿਪਾਰਟਮੈਂਟ ਹੈ ਜੀ, ਸੈਂਟਰ ਗੌਰਮੈਂਟ ਸੁਪਰਵਾਈਜ਼ ਕਰਦੀ ਹੈ, ਇਸ ਡਿਪਾਰਟਮੈਂਟ ਨੂੰ ਕੰਟਰੋਲ ਕਰਦੀ ਹੈ, ਬਿਲਕੁਲ, ਸਾਡੀ ਅਪਾਇੰਟਮੈਂਟ ਵੀ ਸੈਂਟਰ ਗੌਰਮੈਂਟ ਕਰਦੀ ਹੈ, ਪਰ ਪੋਲੀਟੀਕਲ ਮੈਂਡੇਟੇ ਕਰਕੇ ਵੀ ਵਰਤਿਆ ਸਭ ਤੋਂ ਵੱਧ ਜਾ ਰਿਹਾ। ਦੁੱਖ ਨਾ, ਤੁਹਾਡੀ ਗੱਲ ਦਾ ਜਵਾਬ ਦਿੰਦਾ ਜੀ, ਕਿ ਕਿਉਂਕਿ ਸੈਂਟਰਲ ਗੌਰਮੈਂਟ ਅਪਾਇੰਟ ਕਰਦੀ ਹੈ, ਸੈਂਟਰ ਗੌਰਮੈਂਟ ਰਨ ਕਰਦੀ ਹੈ, ਬਿਲਕੁਲ, ਕੰਟਰੋਲ ਕਰਦੀ ਹੈ। ਸੋ ਉਹ ਤਾਂ ਮਤਲਬ ਕੋਈ ਛੁਪੀ ਹੋਈ ਗੱਲ ਹੈ ਨਹੀਂ ਕਿ ਸੈਂਟਰ ਕੰਟਰੋਲ ਕਰਦਾ, ਦੈਟ ਇਜ਼ ਦੇਅਰ, ਪਰ ਜੇ ਇਹ ਐਲੀਗੇਸ਼ਨ ਜਾਂ ਕੋਈ ਇੰਪ੍ਰੈਸ਼ਨ ਇਸ ਤਰ੍ਹਾਂ ਦਾ ਹੁੰਦਾ ਹੈ ਲੋਕਾਂ ਦਾ, ਆਮ ਪਬਲਿਕ ਦੇ ਵਿੱਚ, ਕਿ ਓਪੋਜੀਸ਼ਨ ਦੇ ਉੱਪਰ ਜ਼ਿਆਦਾ ਸਟਰੋਂਗ ਹੈ ਅਤੇ ਇਹਨਾਂ ਦੇ ਜਿਹੜੇ ਸਰਕਾਰ ਪਾਵਰ 'ਚ ਹੈਗੀ ਹੈ ਪਾਰਟੀ, ਅਤੇ ਉਹਨਾਂ ਦੇ ਉੱਪਰ ਇਹਨਾਂ ਦਾ ਕੋਈ ਕੁਛ ਕਰਦੇ ਨਹੀਂ, ਇਹ ਪ੍ਰੈਸ਼ਰ ਹੋਣਾ ਨਹੀਂ ਚਾਹੀਦਾ। ਇਹ ਮੈਂ ਤਾਂ ਆਪਣਾ ਐਗਜ਼ਾਮਪਲ ਦਿੰਦਾ ਕਿ ਮੇਰੇ ਹਿਸਾਬ ਨਾਲ ਜਿੰਨੇ ਵੀ ਮੈਂ ਇਨਵੈਸਟੀਗੇਸ਼ਨ ਕੀਤੇ, ਵੱਡੇ ਵੱਡੇ ਕੋਈ ਮਿਨਿਸਟਰ ਹੋਏ ਜਾਂ ਕੋਈ ਵੀ ਹੋਵੇ, ਚਾਹੇ ਇੱਥੇ ਸੀ, ਮੈਂ ਚਾਹੇ ਕਿਤੇ ਹੋਰ ਸੀਗਾ,
ਉਹ ਸਰਕਾਰ ਦੇ ਹੀ ਬੰਦੇ ਸੀ, ਉਹ ਇੰਸੀਡੈਂਟਲੀ ਜਾਂ ਜੋ ਵੀ ਤੁਸੀਂ ਸਮਝ ਲਓ, ਉਹ ਸਰਕਾਰ ਦੇ ਹੀ ਬੰਦੇ ਸੀ, ਪ੍ਰੈਜ਼ੈਂਟ ਉਸ ਟਾਈਮ ਦੀ ਸਰਕਾਰ ਦੇ ਬੰਦੇ ਸੀ ਜੀ। ਤੇ ਫਿਰ ਮੈਂ ਤਾਂ ਨਹੀਂ ਮੰਨਦਾ ਇਹ ਗੱਲ ਕਿ ਅਪੋਜੀਸ਼ਨ ਨੂੰ ਅਸੀਂ ਕਹਿੰਦਾ, ਅਪੋਜੀਸ਼ਨ ਦਾ ਅਪੋਜੀਸ਼ਨ ਵਾਲੇ ਵੀ ਇਨਵੈਸਟੀਗੇਟ ਕੀਤੇ ਹੋਣੇ। ਈਡੀ ਜਿਹੜਾ ਕਿ ਉਹ ਤੱਥਾਂ ਦੇ ਆਧਾਰ ਤੇ ਹੀ ਜਿਹੜਾ ਕਿ ਕੰਮ ਕਰਨ ਵਾਲਾ ਡਿਪਾਰਟਮੈਂਟ, ਈਡੀ ਨਹੀਂ, ਕੋਈ ਵੀ ਏਜੰਸੀ ਬਿਨਾਂ ਤੱਥ ਦੇ ਅੱਗੇ ਨਹੀਂ ਜਾ ਸਕਦੀ, ਕਿਉਂਕਿ ਤੁਸੀਂ ਅਲਟੀਮੇਟਲੀ ਯੂ ਆਰ ਰਿਸਪੋਨਸੀਬਲ, ਤੁਸੀਂ ਪਬਲਿਕ ਦੇ ਵਿੱਚ, ਤੁਸੀਂ ਲਾਅ ਨੂੰ, ਤੁਸੀਂ ਕੋਰਟ ਨੂੰ ਜਵਾਬ ਦੇਣਾ, ਜਵਾਬ ਦੇਣਾ, ਬਿਲਕੁਲ ਠੀਕ ਹੈ, ਤੁਸੀਂ ਨਹੀਂ ਕਰ ਸਕਦੇ, ਬਿਲਕੁਲ ਠੀਕ ਹੈ, ਇਹ ਨਹੀਂ ਕਰ ਸਕਦੇ। ਬਾਕੀ ਜੇ ਇਹ ਐਲੀਗੇਸ਼ਨ ਫਿਰ ਵੀ ਪਰਸਿਸਟ ਕਰਦਾ, ਮੈਂ ਤਾਂ ਇਹ ਐਲੀਗੇਸ਼ਨ ਨਹੀਂ ਆਣ ਦਿੱਤਾ ਮੇਰੀ ਫੰਕਸ਼ਨਿੰਗ ਦੇ ਵਿੱਚ, ਕਿ ਸਰਕਾਰ ਦੇ ਕਨੈਕਟਡ ਜਿਹੜੇ ਸੀਗੇ ਮਿਨਿਸਟਰ ਸੀ, ਜਾਂ ਐਕਸ ਮਿਨਿਸਟਰ ਸੀ, ਜਾਂ ਕੋਈ ਸੀਨੀਅਰ ਆਈਐਸ ਅਫਸਰ ਸੀ, ਆਈਪੀਐਸ ਅਫਸਰ ਸੀ, ਜਾਂ ਉਹ ਚੀਫ ਸੈਕਟਰੀ ਸੀ, ਸਰਕਾਰ ਦੇ ਸੀ, ਬਿਲਕੁਲ ਠੀਕ, ਉਹਨਾਂ ਨੂੰ ਸਮਨ ਕੀਤਾ, ਸਟੇਟਮੈਂਟ ਹੋਈ ਬਕਾਇਦਾ, ਅਤੇ ਓਪੋਜੀਸ਼ਨ ਵਾਲੇ ਵੀ ਕੀਤੇ ਉਸ ਟਾਈਮ, ਮੇਰੇ ਉੱਪਰ ਕੋਈ ਐਲੀਗੇਸ਼ਨ ਓਪੋਜੀਸ਼ਨ ਵਾਲੇ ਨਹੀਂ ਲਾਇਆ ਹੈ ਕਿ ਤੁਸੀਂ ਸਾਡੇ ਮਗਰ ਪਏ ਹੋਏ ਹੋ, ਕਿਉਂਕਿ ਅਸੀਂ ਸਰਕਾਰ ਦੇ ਵੀ ਜਿਹੜੇ ਸਟੇਟ ਕਰਦੇ ਸੀ, ਬਿਲਕੁਲ ਠੀਕ ਹੈ। ਸੋ ਇਹ ਮੇਰੇ ਖਿਆਲ ਇਹ ਇੰਪ੍ਰੈਸ਼ਨ ਠੀਕ ਨਹੀਂ। ਇਹ ਬਾਈ ਚਾਂਸ ਜੇ ਇਹ ਲੱਗਦਾ ਹੈ ਕਿ ਓਪੋਜੀਸ਼ਨ ਵਾਲਿਆਂ ਨੂੰ ਕਰਦੇ ਆ, ਤਾਂ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਜਿਹੜੇ ਬੰਦੇ ਆ ਸਾਰੇ ਜ਼ਿਆਦਾ ਓਪੋਜੀਸ਼ਨ ਵਾਲੇ, ਉਹਨਾਂ 'ਚ ਕੋਈ ਪ੍ਰੋਬਲਮ ਹੈ। ਸਰ ਵਿਲਾਸੀ, ਮੈਂ ਜਾਣਨਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਇਹ ਹੁੰਦੀ ਹੈ ਕਿ ਬੰਦਾ ਕੋਈ ਇਹ ਸੋਚ ਸਕਦਾ ਕਿ ਜੇਕਰ ਮੈਂ ਕੰਮ ਕਰ ਰਿਹਾ ਪੁੱਠਾ, ਕੋਈ ਨਹੀਂ ਈਡੀ ਦੀ ਹਾਲੇ ਤੱਕ ਨਜ਼ਰ ਨਹੀਂ ਪਈ, ਕਿ ਈਡੀ ਦੀਆਂ ਅੱਖਾਂ ਦੇ ਵਿੱਚ ਉਹ ਰਹਿੰਦਾ ਹੀ ਰਹਿੰਦਾ ਵੈ? ਮੇਰੇ ਹਿਸਾਬ ਨਾਲ ਈਡੀ ਅੱਖਾਂ 'ਚ ਰਹਿਣਾ ਚਾਹੀਦਾ ਹੈ, ਚਾਹੀਦਾ ਹੈ, ਕਿਉਂਕਿ ਮੇਰਾ ਆਪਣਾ ਐਕਸਪੀਰੀਅੰਸ ਹੈ। ਹੁਣ ਅੱਗੇ ਕੀ ਹੋ ਰਿਹਾ, ਹੁਣ ਮੈਂ 3 ਸਾਲ ਮੈਨੂੰ ਰਿਟਾਇਰਮੈਂਟ ਹੋ ਗਈ, ਅਤੇ ਜਿਹੜਾ ਅਸੀਂ ਇਹ ਫੀਲ ਕਰਦੇ ਸੀ ਕਿ ਕੋਈ ਕ੍ਰਾਈਮ ਕਰ ਰਿਹਾ, ਅਤੇ ਅਸੀਂ ਫਿਰ ਜੇ ਮੇਰਾ 2 ਸਾਲ ਬਾਅਦ 3 ਸਾਲ ਬਾਅਦ ਉਸ ਸਟੇਸ਼ਨ 'ਤੇ ਵਾਪਸ ਆਇਆ, ਅਤੇ ਮੈਂ ਉੱਥੇ ਰੇਡ ਕੀਤੀ, ਸਰਚ ਕੀਤੇ, ਬੰਦੇ ਫੜੇ ਗਏ ਆ, ਮਾਲ ਵੀ ਫੜਿਆ ਗਿਆ। ਸੋ ਇਹ ਜਿਹੜੀ ਈਗਲ ਆਈ ਹੈ ਇਹ ਰਹਿੰਦੀ ਹੈ, ਰਹਿੰਦੀ ਹੈ, ਪਰ ਫਿਰ ਵੀ ਕਿਉਂਕਿ ਡਿਪਾਰਟਮੈਂਟ ਤਾਂ ਡਿਪਾਰਟਮੈਂਟ ਛੋਟਾ ਜਿਹਾ ਡਿਪਾਰਟਮੈਂਟ ਹੈ, ਕਿਉਂਕਿ ਪ੍ਰੈਜੈਂਸ ਕੋਈ ਜ਼ਿਆਦਾ ਨਹੀਂ, ਮੇਰੇ ਖਿਆਲ 2000 ਬੰਦੇ ਹੋਣੇ ਸਾਰੇ ਇੰਡੀਆ 'ਚ, ਪਰ ਡਰ ਸਭ ਤੋਂ ਵੱਧ ਇਹਦਾ ਹੀ ਹੈ। ਡਰ ਸਭ ਤੋਂ ਵੱਧ ਇਸ ਲਈ ਹੈ ਕਿਉਂਕਿ ਹਾਈ ਫਾਈ ਮੈਟਰ ਆ ਜਾਂਦੇ ਪੰਜਾਬ ਦੇ ਲੋਕ ਜਾਂ ਸਾਰੇ ਕੰਟਰੀ ਦੇ, ਇੰਡੀਆ ਦੇ, ਭਾਰਤ ਦੇ ਲੋਕਾਂ ਵਾਸਤੇ। ਜਿਸ ਸਮਾਜ ਦੇ ਵਿੱਚ ਕਰਪਸ਼ਨ, ਮੈਂ ਕਰਪਸ਼ਨ ਦੀ ਗੱਲ ਕਰੂੰਗਾ, ਜਿੱਥੇ ਕਰਪਸ਼ਨ ਜ਼ਿਆਦਾ ਹੈ ਉਹ ਸਮਾਜ ਦੇ ਲੋਕ ਸਫ਼ਰ ਕਰਨਗੇ, ਨੁਕਸਾਨ ਹੋਊਗਾ, ਲੋਕਾਂ ਦਾ ਨੁਕਸਾਨ ਹੋਊਗਾ, ਕਿਉਂਕਿ ਕਰਪਸ਼ਨ ਦੇ ਵਿੱਚ ਜਾਂ ਤਾਂ ਸਰਕਾਰੀ ਅਫਸਰ ਕਰਪਸ਼ਨ ਕਰਦੇ ਜਾਂ ਫਿਰ ਮੰਤਰੀ ਕਰਦੇ, ਬਿਲਕੁਲ, ਇਹ 2 ਹੀ ਬੰਦੇ ਕਰਨਗੇ। ਜੇ ਤੁਸੀਂ ਇਹਨਾਂ ਨੂੰ ਨਹੀਂ ਫੜੋਗੇ ਤੇ ਫਿਰ ਤਾਂ ਲੋਕਾਂ ਦੇ ਪੈਸੇ ਤਾਂ ਇਹ ਖਾਈ ਜਾਂਦੇ, ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਅਲਟੀਮੇਟਲੀ ਉਹ ਪੈਸਾ ਲੋਕਾਂ ਦੇ ਉੱਪਰ ਹੈ, ਲੋਕਾਂ ਦੇ। ਮੈਂ ਇੱਕ ਗੱਲ ਸਰ ਹੋਰ ਵੀ ਜਾਣਨੀ ਚਾਹਾਂਗਾ, 35 ਸਾਲ ਨੌਕਰੀ ਦਾ ਤੁਹਾਡਾ ਤਜਰਬਾ ਰਿਹਾ, ਇੰਟਰਸਟਿੰਗ ਕੇਸ ਕਿਹੋ ਜਿਹੇ ਵੇਖੇ ਨੇ ਕਿ ਕੋਈ ਕਰਪਸ਼ਨ ਜਿਹਨੂੰ ਸੋਚ ਕੇ ਵੇਖ ਕੇ ਫਾਈਲ ਦੇਖ ਕੇ ਵੀ ਦੰਗ ਰਹਿ ਗਏ ਹੋਵੋ, ਇਹ ਕਰਪਸ਼ਨ ਇੱਦਾਂ ਵੀ ਹੋ ਸਕਦੀ ਹੈ, ਕੋਈ ਸਾਂਝਾ ਕਰੋ ਸਰ ਇੱਦਾਂ ਦਾ ਜਿਹੜਾ ਕੋਈ ਇੰਸੀਡੈਂਟ ਹੈ, ਕਿਉਂਕਿ ਬਹੁਤ ਲੰਬਾ ਤਜਰਬਾ ਤੁਹਾਡਾ। ਮੈਂ ਕੋਈ ਸਪੈਸਿਫਿਕ ਨਾਂ ਨਹੀਂ ਲੈਂਦਾ, ਚਲੋ ਇੱਕ ਕੋਈ ਚੀਫ ਸੈਕਟਰੀ ਸੀ ਕਿਸੇ ਸਟੇਟ ਦੇ, ਅਤੇ ਇਨਵੈਸਟੀਗੇਸ਼ਨ ਹੋ ਰਹੀ ਸੀ, ਅਤੇ ਪਹਿਲਾਂ ਆਉਂਦੀ ਨਹੀਂ ਸੀ ਉਹ, ਮੇਰੇ ਖਿਲਾਫ਼ ਕੋਈ ਐਵੀਡੈਂਸ ਨਹੀਂ, ਪਰ ਮੇਰਾ ਜਿਹੜਾ ਡਿਪਾਰਟਮੈਂਟ ਦੇ ਸੀਨੀਅਰ ਅਫਸਰ ਸੀ ਉਹ ਮੈਨੂੰ ਦੇਵਰ ਟੈਲਿੰਗ ਮੀ ਕਿ ਇਸਨੇ ਕਰਪਸ਼ਨ ਕੀਆ ਹੈ, ਠੀਕ ਹੈ, ਅਤੇ ਮੈਂ ਕਿਹਾ ਜੀ ਫਿਰ ਲੈਟ ਅਸ ਸੀ, ਇਨਵੈਸਟੀਗੇਸ਼ਨ ਅਸੀਂ ਕਰਾਂਗੇ, ਮੈਂ ਜੇ ਆਈ ਵਿਲ ਟਰਾਈ ਕਿ ਕਿੰਨਾ ਕੁ ਅਸੀਂ ਡਿਗ ਆਊਟ ਕਰ ਸਕਦੇ ਹਾਂ, ਅਤੇ ਹੀ ਵਾਜ਼ ਚੀਫ ਸੈਕਟਰੀ ਆਫ ਸਟੇਟ, ਸਟੇਟਮੈਂਟ ਵਗੈਰਾ ਲਈ ਗਈ ਉਹਦੀ, ਅਤੇ ਹੀ ਸੈਡ ਕਿ ਜੀ ਮੇਰਾ ਕੋਈ ਕ੍ਰਾਈਮ ਨਹੀਂ। ਅੱਛਾ, ਇਨਵੈਸਟੀਗੇਸ਼ਨ ਜਦ ਕੰਪਲੀਟ ਹੋਈ ਆ ਕੁਛ ਟਾਈਮ ਤੋਂ ਬਾਅਦ, ਅਸੀਂ ਉਹਦੇ ਆਊਟ ਆਫ ਇੰਡੀਆ ਫੋਰਨ ਬੈਂਕ ਅਕਾਊਂਟ ਡਿਟੈਕਟ ਕੀਤੇ, ਉਸ ਟਾਈਮ ਮੇਰੇ ਖਿਆਲ $1,00,000 ਅਸੀਂ ਇੰਡੀਆ ਲੈ ਕੇ ਆਏ ਵਾਪਸ।
ਕਦੋਂ ਦੀ ਗੱਲ ਹੈ ਸਰ, 90s ਕੇ? ਯੈਸ, ਲੇਟ 90s। ਅੱਛਾ, ਅਤੇ 42 ਲੱਖ ਰੁਪੀਜ਼ ਉਹ ਵੀ ਪਾਊਂਡ ਦੇ ਵਿੱਚ ਸੀਗੇ, ਉਹ ਵੀ ਅਸੀਂ ਵਾਪਸ ਲੈ ਕੇ ਆਏ ਗਏ। ਅੱਛਾ, ਸੋ ਸਾਡੇ ਕੋਲ ਇਹ ਸੱਚ, ਮੇਰੇ ਕੋਲ ਇਨਵੈਸਟੀਗੇਸ਼ਨ ਦੇ ਜਿਸ ਤਰ੍ਹਾਂ ਸ਼ੁਰੂ ਕੀਤਾ ਤਾਂ ਮੈਨੂੰ ਕੁਛ ਐਵੀਡੈਂਸ ਨਹੀਂ ਸੀ ਮਿਲ ਰਿਹਾ, ਪਰ ਇੱਕ ਜਿੱਦ ਸੀ ਕਿ ਜੇ ਮੈਨੂੰ ਕੇਸ ਮਾਰਕ ਹੋਇਆ ਸੀਗਾ ਕਿ ਇਹਨੇ ਕੰਮ ਕੀਤਾ। ਯੈਸ, ਕਿਉਂਕਿ ਜੋ ਵੀ ਸੋਰਸਿਸ ਮੇਰੇ ਸੀ ਉਹ ਕਹਿੰਦੇ ਸੀਗੇ ਜੀ ਇਹਨਾਂ ਨੇ ਬਾਹਰ ਅਸੈਟ ਬਿਲਕੁਲ ਟ੍ਰਾਂਸਫਰ ਕੀਤੇ ਹੈ ਜੀ, ਬਰਾਈਬ ਦਾ ਮਨੀ ਬਾਹਰ ਟ੍ਰਾਂਸਫਰ ਕੀਤਾ। ਸੋ ਉਹ ਅਸੀਂ ਵਾਪਸ ਲੈ ਕੇ ਆਏ, ਉਹ ਭਾਰਤ ਸਰਕਾਰ ਦੇ ਖਾਤੇ ਜਮ੍ਹਾਂ ਹੋਇਆ ਅਲਟੀਮੇਟਲੀ, ਕਿਉਂਕਿ ਬੈਂਕ 'ਚ ਆਏਗਾ ਤਾਂ ਭਾਰਤ ਸਰਕਾਰ ਦਾ ਹੀ ਹੋ। ਸੋ ਇਸ ਤਰ੍ਹਾਂ ਦੇ ਕੇਸ ਕਈ ਨੇ ਵੈਸੇ, ਪਰ ਇਹ ਮੇਰੇ ਲਈ ਇੱਕ ਇੱਕ ਚੀਫ ਸੈਕਟਰੀ ਦਾ ਇਸ ਤਰ੍ਹਾਂ ਦਾ ਕੰਡਕਟ ਹੋਵੇ, ਅਤੇ ਜਿਹੜਾ ਚੀਫ ਸੈਕਟਰੀ ਆਪਣੇ ਆਪ ਨੂੰ ਬਹੁਤ ਠੀਕ ਠਾਕ ਸਮਝਦਾ ਸੀ, ਇਹ ਅਲਟੀਮੇਟਲੀ ਹੇਅਰ ਟੂ ਫੇਸ ਲਪੇਟੇ 'ਚ ਯਾਨੀ ਕਿ ਲੈ ਲਿਆ ਉਹਨੂੰ ਫਿਰ ਅਖੀਰ ਦੇ ਵਿੱਚ। ਲਪੇਟੇ 'ਚ ਨਾ, ਉਹ ਐਵੀਡੈਂਸ ਹੈ, ਉਹ ਆਪ ਹੀ ਲੈ ਕੇ ਆ ਪੈਸੇ। ਹਾਂਜੀ, ਮੇਰੇ ਮੰਨਿਆ ਉਹਨੇ ਵੀ ਬਾਅਦ 'ਚ, ਹਾਂਜੀ ਮੇਰੇ ਪੈਸੇ ਪਏ, ਮੈਂ ਲੈ ਕੇ ਆਓ। ਹੀ ਬਰੋਟ ਇਟ ਇਨ ਦੀ ਕੰਟਰੀ, ਡਾਲਰ ਲੈ ਕੇ, $1,00,000 42 ਲੱਖ ਰੁਪਏ ਦੀ ਫੋਰਨ ਕਰੰਸੀ ਲੈ ਕੇ ਆਇਓ। ਸਰ ਇੱਕ ਗੱਲ ਹੋਰ ਵੀ ਇੱਕ ਜਾਣੇ ਚਾਹਾਂਗੇ ਕਿ ਥੋੜ੍ਹੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਆਏ ਸੀਗੇ ਇੱਥੇ ਸਟੇਟਮੈਂਟ ਆਪਣੀ ਕਰਵਾਉਣ, ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਆਉਂਦੇ ਰਹਿੰਦੇ ਨੇ ਇੱਥੇ, ਅਫਸਰ ਹੋਣ ਜਾਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ। ਡਰੱਗ ਮਨੀ ਦਾ ਇੱਕ ਗੱਲ ਆਖੀ ਜਾਂਦੀ ਕਿ ਡਰੱਗ ਮਨੀ ਤੋਂ ਲੈ ਕੇ ਅੱਗੇ ਅਸੀਂ ਆਈਡੈਂਟੀਫਾਈ ਕਰਦੇ ਪਏ, ਜਦੋਂ ਅਸੀਂ ਰੇਡ ਕੀਤੀ ਡਿਜੀਟਲ, ਸਾਨੂੰ ਕੋਈ ਇਕੁਇਪਮੈਂਟ ਮਿਲੇ ਉਹਦੇ ਬਿਹਾਫ 'ਤੇ ਅਸੀਂ ਅੱਗੇ ਸ਼ੁਰੂ ਕੀਤਾ। ਇਹ ਜਿਹੜੀ ਡਰੱਗ ਮਨੀ ਹੈ ਸਰ, ਇਹ ਕਿਸ ਤਰੀਕੇ ਦੇ ਨਾਲ ਅੱਗੇ ਹੌਲੀ ਹੌਲੀ ਛੋਟੇ ਛੋਟੇ ਪਾਰਟਸ 'ਚ ਇਨਵੈਸਟ ਜਦੋਂ ਕਰਦੇ ਨੇ, ਫਰਦਰ ਉਦੋਂ ਨਹੀਂ ਸਰ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਹੁੰਦੀ ਕਿ ਸ਼ੁਰੂਆਤ ਹੀ ਜਦੋਂ ਇਹ ਚੀਜ਼ ਦੀ ਹੁੰਦੀ ਹੈ ਕਿ ਜਦੋਂ ED ਦੇ ਸਾਹਮਣੇ ਮਾਮਲਾ ਦਾ ਉਦੋਂ ਕਈ ਹਜ਼ਾਰਾਂ ਕਰੋੜਾਂ ਦੇ ਵਿੱਚ ਜਿਹੜੀ ਹੈ ਕਿ ਫਿਗਰ ਪਹੁੰਚੀ ਹੁੰਦੀ ਹੈ, ਕਿਆ ਸ਼ੁਰੂਆਤ ਵਿੱਚ ਸਰ ਪੋਸੀਬਲ ਨਹੀਂ ਹੈ ਕਿ ਇਹ ਲੋਕਾਂ ਨੂੰ ਫੜੇ ਜਾਣਾ? ਦੇਖੋ, ਇਹ ਜਿਹੜਾ ਡਰੱਗ ਦੀ ਜਿਹੜੀ ਸਿੰਡੀਕੇਟ ਸਾਰੇ ਕੰਟਰੀ ਸਾਰੇ ਵਰਲਡ ਦੇ ਵਿੱਚ, ਬਿਲਕੁਲ ਡਰੱਗ ਦੀ ਪ੍ਰੋਬਲਮ ਸਾਰੇ ਵਰਲਡ ਦੇ ਵਿੱਚ ਹੈ। ਸਭ ਤੋਂ ਤਾਕਤਵਰ ਜਿਹੜਾ ਕੰਟਰੀ ਹੈ USA, ਉੱਥੇ ਡਰੱਗ ਦੀ ਪ੍ਰੋਬਲਮ ਪਿਛਲੇ ਤਕਰੀਬਨ 45 ਸਾਲ ਤੋਂ ਜ਼ਿਆਦਾ, ਉੱਥੇ ਦੇ ਪ੍ਰੈਜ਼ੀਡੈਂਟ ਆਫ USA ਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਖਤਮ ਕਰ ਦਿਆਂਗੇ, ਬਟ ਸਟਿਲ ਦੈਨ ਉੱਥੇ ਉਹ ਚਲੀ ਜਾਂਦੀ। ਬਿਲਕੁਲ ਠੀਕ ਹੈ। ਇਹ ਸਮਾਜ ਦੀ ਇੱਕ ਸੋਸ਼ਲ ਇੱਕ ਸਾਡੀ ਸਾਡੇ ਸਮਾਜ ਦੇ ਖਿਲਾਫ ਇੱਕ ਕ੍ਰਾਈਮ, ਸਾਡੀ ਜਵਾਨੀ ਨੂੰ ਸਾਡੇ ਸਮਾਜ ਨੂੰ ਖਰਾਬ ਕਰਨਾ। ਇਹਦੇ ਵਿੱਚ ਜਿਹੜੀ ਏਜੰਸੀਜ਼ ਹੈ, ਜਿਹੜੇ ਡਿਪਾਰਟਮੈਂਟਸ ਹੈ, ਉਹ ਆਪਣਾ ਕੰਮ ਕਰ ਰਹੇ ਜਿੰਨਾ ਕੁਛ ਕਰ ਸਕਦੇ। ਮੇਨ ਚੀਜ਼ ਇਹਦੇ ਵਿੱਚ ਕੀ ਹੈ ਕਿ ਜਦ ਤੱਕ ਪਬਲਿਕ ਸਾਹਮਣੇ ਨਹੀਂ ਆਊਗੀ, ਪਬਲਿਕ, ਕਿਉਂਕਿ ਪਬਲਿਕ ਨੂੰ ਆਪ ਥੋੜ੍ਹਾ ਜਿਹਾ ਅਵੇਅਰ ਹੋਣਾ ਪੈਣਾ, ਜਾਗਰੂਕ ਹੋਣਾ ਪੈਣਾ। ਸੋ ਜਦ ਤੱਕ ਉਹ ਨਹੀਂ ਆਏਗੀ, ਤਦ ਤੱਕ ਇਸ ਜਿਹੜੇ ਸਿੰਡੀਕੇਟਸ ਹੈ ਇਹ ਵੱਡੇ ਹੁੰਦੇ ਜਾਂਦੇ ਆ। ਇਹਨਾਂ ਦੇ ਜਿਹੜੇ ਟੈਂਟੇਕਲਸ ਹੈ, ਇਹਨਾਂ ਦੀ ਜਿਹੜੀ ਫਿਰ ਲੀਡਰਸ ਹੈ ਉੱਪਰ, ਜਿਹਨਾਂ ਇਹਦੇ ਚੌਧਰੀ ਜਿਹੜੇ ਕਿੰਗ ਪਿੰਗ, ਉਹ ਕਿੰਗ ਪਿੰਗ ਸੋਸ਼ਲੀ ਇੰਨੇ ਐਕਸੈਪਟੇਬਲ ਹੋ ਜਾਂਦੇ ਨੇ ਕਿ ਉਹ ਫਿਰ ਪਾਵਰਫੁੱਲ ਲੋਕਾਂ ਦੇ ਨਾਲ ਬੈਠਣਾ ਸ਼ੁਰੂ ਕਰ ਦਿੰਦੇ ਹੈ, ਉਹਨਾਂ ਨੂੰ ਗਨਮੈਨ ਮਿਲ ਜਾਂਦੇ ਨੇ। ਹਾਂਜੀ, ਅਤੇ ਉਹ ਫਿਰ ਜਿਹੜੀ ਫੇਵਰ ਜੇ ਮਤਲਬ ਐਕਸਚੇਂਜ ਹੁੰਦੀਆਂ ਨੇ। ਸੋ ਉਹ ਸਮਾਜ ਦੇ ਵਿੱਚ ਆਮ ਤੌਰ 'ਤੇ ਵਿਚਾਰੇ ਸਮਾਜ ਦੇ ਵਿੱਚ ਜਿਹੜੇ ਲੋਕ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਸਿਰਫ ਇਹ ਜਾਣਦੇ ਕਿ ਯਾਰ ਇਹਨਾਂ ਕੋਲ ਪੈਸਾ ਬੜਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੈਸਾ ਕਿੱਥੋਂ ਆ ਰਿਹਾ, ਪੈਸਾ ਆਇਆ ਕਿੱਥੋਂ। ਸੋ ਡਰੱਗ ਦਾ ਇਸ ਤਰ੍ਹਾਂ ਹੈ ਕਿ ਜੇ ਸਪੋਜ਼ ਜੇ ਬਾਹਰ ਦੀ ਆਪਾਂ ਮੰਨੀਏ ਡਰੱਗ ਜਿਹੜੀ ਸਾਡੀ ਬਾਰਡਰ ਤੋਂ ਆ ਰਹੀ ਹੈ, ਉਹਦੀ ਇੱਥੇ ਜਿਸ ਟਾਈਮ ਐਂਟਰ ਕਰਦੀ ਹੈ ਉਹ 1 ਲੱਖ ਰੁਪਇਆ ਤਕਰੀਬਨ ਉਹਦੀ ਵੈਲਿਊ, ਪਰ ਜਿਸ ਟਾਈਮ ਅਸੀਂ ਟ੍ਰਾਂਸਫਰ ਕਰਦੇ ਹਾਂ ਇੱਥੋਂ ਜਾਂ ਜਿਸ ਟਾਈਮ ਅਸੀਂ ਕੰਜ਼ਿਊਮ ਕਰਦੇ ਹਾਂ, 5 ਇੰਟਰਨੈਸ਼ਨਲ ਲੈਵਲ ਦੇ ਮਾਰਕੀਟ ਉਹ 5 ਕਰੋੜ ਰੁਪਇਆ ਕਿਲੋ। ਸੋ ਬਹੁਤ ਜ਼ਿਆਦਾ ਪ੍ਰੋਫਿਟ, ਬਹੁਤ ਜ਼ਿਆਦਾ। ਅਤੇ ਇਹ ਜਿਹੜੇ ਲੋਕ ਰਿਸਕ ਇਸ ਲਈ ਲੈਂਦੇ ਕਿ ਪ੍ਰੋਫਿਟ ਬਹੁਤ ਜ਼ਿਆਦਾ। ਅੱਛਾ, ਫਿਰ ਇਹ ਹੈਗਾ ਕਿ ਸਾਰਾ ਜਿਹੜਾ ਫੰਡ ਇਹਨਾਂ ਨੇ ਅਰਨ ਕੀਤਾ ਡਰੱਗ ਤੋਂ, ਉਹ ਸਾਰੇ ਦਾ ਸਾਰਾ ਫੰਡ ਟ੍ਰਾਂਸਫਰ ਬਾਹਰ ਨਹੀਂ ਕਰਦੇ,
ਥੋੜਾ ਫੰਡ ਇੱਥੇ ਵੀ ਆਪਣੇ ਆਪਰੇਸ਼ਨ ਵਾਸਤੇ ਰੱਖਦੇ ਨੇ, ਪਰ ਕਾਫੀ ਫੰਡ ਬਾਹਰ ਟ੍ਰਾਂਸਫਰ ਕਰਦੇ। ਠੀਕ ਹੈ, ਤੇ ਇਹ ਮੈਂ ਕਹੂੰਗਾ ਕਿ ਜਿਹੜੀ ਵੀ ਜੋ ਵੀ ਏਜੰਸੀ ਚਾਹੀ ਡੀ ਹੋਵੇ ਚਾਹੇ ਬਾਕੀ ਹੋਰ ਏਜੰਸੀ ਹੋਣ, ਇਹ ਮੇਰੇ ਹਿਸਾਬ ਨਾਲ ਇਹਦੇ ਉੱਪਰ ਡਰੱਗ ਦੇ ਉੱਪਰ ਬਹੁਤ ਐਕਟਿਵਲੀ ਪ੍ਰੋਐਕਟਿਵਲੀ ਕੰਮ ਕਰਨਾ ਪੈਣਾ, ਅਦਰਵਾਈਜ਼ ਤਾਂ ਇਹ ਸਪਰੈਡ ਜ਼ਿਆਦਾ ਹੋ ਰਿਹਾ। ਅਤੇ ਮੇਰਾ ਇਹ ਆਪਣਾ ਮੈਂ ਆਪ ਦੇਖਿਆ ਜਿਸ ਟਾਈਮ ਡਰੱਗ ਕੇਸ ਇਨਵੈਸਟੀਗੇਸ਼ਨ ਹੋ ਰਹੀ ਸੀ ਕਿ ਸੈਂਟਰਲ ਏਜੰਸੀ ਦੇ ਵਿੱਚ ਅਤੇ ਸਟੇਟ ਏਜੰਸੀ ਵਿੱਚ ਇੰਨਾ ਫਰਕ ਹੈ, ਉਹਨਾਂ ਕੋਲ ਵੀ ਐਨ ਡੀ ਪੀ ਐਸ ਐਕਟ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਕੋਲ ਵੀ ਪਾਵਰ ਹੈਗੀ ਇਹ ਕਿ ਸਾਰੀ ਪ੍ਰੋਪਰਟੀ ਜਿਹੜੀ ਹੈ ਸੈਟ ਜਿੱਥੇ ਡਰੱਗ ਮਨੀ ਲੱਗਿਆ ਉਹਦੀ ਇਨਕੁਆਇਰੀ ਕਰੋ, ਇਨਵੈਸਟੀਗੇਸ਼ਨ ਕਰੋ ਅਤੇ ਸਾਰੇ ਅਟੈਚ ਕਰੋ। ਅਟੈਚ ਕਰੋ, ਬਿਲਕੁਲ ਠੀਕ ਹੈ, ਠੀਕ ਹੈ। ਪਰ ਮੈਂ ਇਹ ਦੇਖਿਆ ਕਿ ਕਿਸੇ ਵਜ੍ਹਾ ਨਾਲ ਜਾਂ ਉਹਨਾਂ ਕੋਲ ਕੰਮ ਜ਼ਿਆਦਾ ਹੁੰਦਾ ਜਾਂ ਜੋ ਵੀ ਹੈ। ਤੁਸੀਂ ਇੱਕ ਗੱਲ ਆਖੀ ਸੀਗੀ ਕਿ ਵੱਡੇ ਘਰਾਣਿਆਂ 'ਚ ਬਹਿਣਾ ਸ਼ੁਰੂ ਹੋ ਜਾਂਦੇ ਨੇ, ਇਨਫਲੂਐਂਸ ਆ ਜਾਂਦਾ ਕਿਤੇ। ਮੈਂ ਚਲੋ ਮੈਂ ਇਹ ਫੈਕਟ ਹੈ ਵੈਸੇ, ਪਰ ਜਿਸ ਤਰ੍ਹਾਂ ਸਪੈਸ਼ਲਾਈਜ਼ ਏਜੰਸੀ ਹੈ ਜਿਸ ਤਰ੍ਹਾਂ ਐਨ ਸੀ ਬੀ ਹੈ ਜਿਸ ਤਰ੍ਹਾਂ ਈ ਡੀ ਹੈ ਜੀ, ਇਹ ਜਿਸ ਤਰ੍ਹਾਂ ਇਹ ਸਪੈਸ਼ਲਾਈਜ਼ ਏਜੰਸੀ ਹੈ। ਓਕੇ, ਇਹ ਸਪੈਸ਼ਲਾਈਜ਼ ਏਜੰਸੀ ਹੈ, ਇਹਨਾਂ ਕੋਲ ਜਿਸ ਟਾਈਮ ਆਉਂਦਾ ਹੈ ਤੇ ਫਿਰ ਅਸੀਂ ਅਸੈਟ ਕਿੱਥੇ ਕਿੱਥੇ ਗਿਆ, ਕਿੱਥੇ ਕਿੱਥੇ ਗਿਆ ਅਸੈਟ, ਕਿੱਥੇ ਕਿੱਥੇ ਜਾ ਸਕਦਾ ਅਸੈਟ, ਉਹ ਸਾਡੇ ਇੱਕ ਸਾਨੂੰ ਟ੍ਰੇਨਿੰਗ ਹੁੰਦੀ ਹੈ ਇਸ ਤਰ੍ਹਾਂ ਦੀ, ਉਹ ਸਾਡੇ ਪ੍ਰੋਸੀਜਰ ਵੀ ਹੈਗੇ ਨੇ। ਓਕੇ, ਉਹ ਪ੍ਰੋਸੀਜਰ ਵੀ ਹੈਗੇ ਆ, ਗਵਰਨਮੈਂਟ ਦੇ ਡਿਪਾਰਟਮੈਂਟ ਦੇ ਆਰਡਰ ਵੀ ਹੈਗੇ ਕਿਸ ਤਰ੍ਹਾਂ ਤੁਸੀਂ ਕਰਨਾ, ਤੇ ਉਹ ਫਿਰ ਸਾਨੂੰ ਤਕਰੀਬਨ ਜਿਹੜੀ ਅਸੈਟਸ ਹੈ ਕਾਫੀ ਮਿਲ ਜਾਂਦੀਆਂ ਸਨ। ਠੀਕ ਹੈ, ਕਾਫੀ ਮਿਲ ਜਾਂਦੀਆਂ, ਉਹ ਫਿਰ ਅਸੀਂ ਅਟੈਚ ਕਰਦੇ ਹਾਂ। ਪਰ ਪੈਰਲਲ ਜਿਹੜਾ ਹੈਗਾ ਉਹ ਪੁਲਿਸ ਅਥਾਰਟੀ ਵੀ ਕਰ ਸਕਦੇ ਨੇ, ਪੁਲਿਸ ਅਥਾਰਟੀ ਵੀ ਕਰ ਸਕਦੇ ਨੇ ਮੇਰੇ ਹਿਸਾਬ ਨਾਲ। ਹੁਣ ਪੁਲਿਸ ਹੁਣ ਕੁਛ ਨੇ ਇੱਕ ਦੋ ਸਾਲਾਂ ਤੋਂ ਇਹ ਕਰਨ ਲੱਗੇ ਆ, ਥੋੜ੍ਹਾ ਜਿਹਾ ਪਹਿਲਾਂ ਥੋੜ੍ਹਾ ਕਰਦੇ ਸੀ ਪਰ ਹੁਣ ਮੇਰੇ ਖਿਆਲ ਬੇਸਿਕਲੀ ਮਨੀ ਲਾਂਡਰਿੰਗ ਜਿਹੜੀ ਅਥਾਰਟੀਜ਼ ਹੈ ਈਡੀ, ਇਹ ਸਾਡਾ ਹੀ ਕੰਮ, ਇਹ ਉਹਨਾਂ ਨੂੰ ਅਸੈਟ ਜਿਹੜੇ ਇਕੱਠੇ ਕਰਨੇ ਕ੍ਰਾਈਮ ਦੇ ਵਿੱਚ ਕਿੱਥੇ ਕਿੱਥੇ ਹੋਏ ਪਤਾ ਕਰਨਾ, ਅਟੈਚ ਕਰਨਾ, ਟ੍ਰਾਇਲ ਕਰਾਉਣਾ, ਕਨਫਿਸਕੇਟ ਕਰਾਉਣਾ ਅਤੇ ਪਨਿਸ਼ ਕਰਾਉਣਾ, ਇਹ ਬੇਸਿਕਲੀ ਮਨੀ ਲਾਂਡਰਿੰਗ ਦੇ ਵਿੱਚ ਸਾਡਾ ਕੰਮ। ਇਨਵੈਸਟੀਗੇਸ਼ਨ ਸਰ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਪਰਸੂ ਕਰਦੇ ਹੋ? ਇਨਵੈਸਟੀਗੇਸ਼ਨ ਬੜੀ ਇੱਕ ਉਹਦਾ ਵੀ ਲਾਫੁਲ ਤਰੀਕਾ ਹੈ ਕਿ ਜਿਸ ਬੰਦੇ ਨੂੰ ਤੁਸੀਂ ਸੰਮਨ ਕਰਦੇ ਹੋ ਉਹ ਤੁਹਾਡੇ ਸਾਹਮਣੇ ਅਪੀਅਰ ਹੁੰਦਾ, ਅਤੇ ਉਹਦੇ ਜਿਹੜੇ ਨੋਰਮਲੀ ਅਸੀਂ ਕੋਸ਼ਿਸ਼ ਹਮੇਸ਼ਾ ਕੀਤੀ ਗਈ ਕਿ ਉਹਦੇ ਜਿਹੜੇ ਹਿਊਮਨ ਰਾਈਟਸ ਹੈ, ਉਹਦੇ ਜਿਹੜੇ ਪਰਸਨਲ ਰਿਲੀਜੀਅਸ ਰਾਈਟਸ ਹੈ, ਅਸੀਂ ਉਹਨਾਂ ਦਾ ਕਦਰ ਕਰੀਏ। ਪਰ ਇਹਦੇ ਨਾਲ ਜ਼ਰੂਰੀ ਇਹ ਵੀ ਹੈ ਕਿ ਸਾਡੇ ਵੀ ਰਾਈਟਸ ਹੈਗੇ, ਫਿਰ ਉਹਦੇ ਰਾਈਟ ਨਹੀਂ ਹੈਗੇ, ਸਾਡੇ ਵੀ ਰਾਈਟ ਹੈ ਜਦੋਂ ਉਹਦੇ ਮੁੱਕਦੇ ਤੁਹਾਡੇ ਸ਼ੁਰੂ ਹੋ ਜਾਂਦੇ ਨੇ। ਸਾਡੇ ਰਾਈਟ ਹੈ ਕਿ ਅਸੀਂ ਉਸ ਕੇਸ ਦੇ ਨਾਲ ਉਹ ਕਰਨਾ ਹੈ, ਨਿਆਂ ਕਰਨਾ ਹੈ, ਜਸਟਿਸ ਕਰਨਾ। ਕਿ ਜੇ ਮੰਨ ਲਓ ਕਿ ਮੇਰੇ ਸਾਹਮਣੇ ਆਇਆ ਅਤੇ ਇੱਕ ਵਾਰ ਨਹੀਂ, ਐਸੇ ਬਹੁਤ ਇਗਜ਼ਾਮਪਲ ਨੇ, ਕੋਈ ਬੰਦਾ ਬੜਾ ਮਜ਼ਬੂਤ ਹੋ ਕੇ ਆਉਂਦਾ ਹੈ ਕਿ ਜੀ ਮੈਨੂੰ ਜਿੱਥੇ ਮਰਜ਼ੀ ਲੈ ਲਓ, ਜਿਹਦੇ ਮਰਜ਼ੀ ਸਾਹਮਣੇ ਪੇਸ਼ ਕਰ ਦਿਓ ਅਤੇ ਮੈਂ ਕੁਛ ਦੱਸਣਾ ਨਹੀਂ। ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਜੇ ਅਫਸਰ ਇਮਾਨਦਾਰੀ ਨਾਲ ਕੰਮ ਕਰੇ ਤਾਂ ਕ੍ਰਿਮੀਨਲ ਨਹੀਂ ਬਚ ਸਕਦਾ, ਨਹੀਂ ਬਚ ਸਕਦਾ। ਮੈਂ ਐਗਜ਼ਾਮਪਲ ਨਾਂ ਨਹੀਂ ਲੈਣਾ, ਐਗਜ਼ਾਮਪਲ ਦੇਊਂਗਾ। ਇੱਕ ਆਈ ਪੀ ਐਸ ਅਫਸਰ ਸੀਗੇ, ਇਹ ਵੀ ਲੇਟ 90s ਦੀ ਗੱਲ ਹੈ, ਆਈ ਪੀ ਐਸ ਅਫਸਰ ਸੀਗੇ। 2000 ਤੋਂ ਪਿੱਛੇ ਪਿੱਛੇ ਰਹਿਣਾ ਤੁਸੀਂ? ਮੈਂ ਨਹੀਂ, ਅੱਗੇ ਵੀ ਆ ਸਕਦੇ ਹਾਂ, ਅੱਗੇ ਵੀ ਆ ਜਾਵਾਂਗੇ, ਨੋ ਪ੍ਰੋਬਲਮ। ਇਹ ਲੇਟ 90s ਦੀ ਗੱਲ ਹੈ ਤੇ ਇੱਕ ਤਕਰੀਬਨ ਕੋਈ ਫੋਰਨ ਕਰੰਸੀ ਦਾ ਕਾਫੀ ਹੈਵੀ ਅਮਾਊਂਟ ਸੀ ਉਹਦਾ ਕੇਸ ਸੀਗਾ, ਅਤੇ ਆਈ ਪੀ ਐਸ ਅਫਸਰ ਸੀ, ਸੀਨੀਅਰ ਅਫਸਰ ਸੀ, ਕਿਤੇ ਪੋਸਟਡ ਸੀ, ਅਤੇ ਨੈਚੁਰਲ ਉਹਨਾਂ ਦਾ ਆਪਣਾ ਬਿਲਕੁਲ ਰੁਤਬਾ ਵੀ ਹੁੰਦਾ ਹੋਊਗਾ, ਕੁਛ ਨਾ ਕੁਛ ਉਹਨਾਂ ਨੂੰ ਸਪੋਰਟ ਵੀ ਹੋਣੀ ਕਿਤੇ, ਅਤੇ ਉਹਨਾਂ ਦਾ ਕੇਸ ਕਿਸੇ ਹੋਰ ਅਫਸਰ ਕੋਲ ਸੀਗਾ ਅਤੇ ਉਹ ਅਪੀਅਰ ਨਹੀਂ ਸੀ ਹੁੰਦੇ ਈ ਡੀ ਦਫ਼ਤਰ, ਅਤੇ ਉੱਪਰ ਵਾਲੀ ਅਥਾਰਟੀ ਨੇ ਸਮਝਿਆ ਕਿ ਨਿਰੰਜਨ ਸਿੰਘ ਕੋਈ ਕੇਸ ਦੇ ਦਿਓ। ਅੱਛਾ,
ਅਤੇ ਉਹ ਕੇਸ ਮੈਨੂੰ ਮਾਰਕ ਹੋਇਆ ਮਾਰਕ ਹੋਇਆ ਅਤੇ ਸ਼ਾਮ ਨੂੰ ਹੀ ਬੰਦਾ ਐਂਟੀਸਪੇਟਰੀ ਬੇਲ ਲੈਣ ਚਲ ਗਿਆ। ਅੱਛਾ, ਅਦਰਵਾਈਜ਼ 3-4 ਮਹੀਨੇ ਦਾ ਕੇਸ ਸੀਗਾ, ਉਹ ਕਿਤੇ ਨਹੀਂ ਸੀਗਾ। ਅਤੇ ਉਹਨੂੰ ਪਤਾ ਜਦੋਂ ਲੱਗਿਆ ਕਿ ਨਰਿੰਦਰ ਸਿੰਘ ਹੋਰਾਂ ਉਹ ਕੇਸ ਚਲਾ ਗਿਆ, ਉਹ ਐਂਟੀਸਪੇਟਰੀ ਬੇਲ ਲੈਣ ਚਲੇ ਗਿਆ। ਠੀਕ, ਐਨੀਵੇ ਐਂਟੀਸਪੇਟਰੀ ਬੇਲ ਨਹੀਂ ਮਿਲੀ ਜੀ ਅਤੇ ਇਨਵੈਸਟੀਗੇਸ਼ਨ ਜੁਆਇਨ ਕਰ ਗਏ ਜੀ। ਦੈਨ ਹੀ ਸੈਡ ਕਿ ਜੇ ਮੈਨੂੰ ਮਾਰਨਾ ਨਹੀਂ ਤੁਸੀਂ, ਬਸ ਤੁਸੀਂ ਸਵਾਲ ਜੋ ਮਰਜ਼ੀ ਪੁੱਛੋ। ਮੈਂ ਕਿਹਾ ਤੁਸੀਂ ਸੱਚ ਬੋਲਣਾ, ਤੁਹਾਨੂੰ ਮਾਰਨੇ, ਅਸੀਂ ਆਈਪੀਐਸ ਅਫਸਰਾਂ ਤੁਹਾਨੂੰ ਨਹੀਂ ਕੁੱਟਦੇ ਅਸੀਂ ਜੀ। ਪਰ ਐਨੀਵੇ ਦੈਟ ਇਜ਼ ਗਲਤ ਇੰਪ੍ਰੈਸ਼ਨ ਵੀ ਲੈਂਦੀ ਹੈ ਸਰ। ਨਹੀਂ ਉਹ ਕਹਿੰਦਾ ਸੀ, ਮੈਂ ਤਾਂ ਨਹੀਂ, ਉਹ ਕਹਿੰਦਾ ਸੀ ਤੁਸੀਂ ਮਾਰਨਾ ਨਹੀਂ ਮੈਨੂੰ। ਠੀਕ, ਮੈਂ ਵੀ ਅੰਡਰ ਇੰਪ੍ਰੈਸ਼ਨ ਕਿ ਅਸੀਂ ਮਾਰਦੇ ਹਾਂ ਇੱਥੇ। ਓਕੇ, ਅਤੇ ਮੈਂ ਕਿਹਾ ਨਹੀਂ ਅਸੀਂ ਕੁੱਟਦੇ ਨਹੀਂ, ਤੁਸੀਂ ਸੱਚ ਬੋਲੋ। ਇਹ ਕਹਿੰਦਾ ਜੀ ਮੈਨੂੰ ਮਤਲਬ ਮੇਰੇ ਤਰੀਕੇ ਨਾਲ ਸਵਾਲ ਦਾ ਜਵਾਬ ਦੇਣ ਦਿਓ ਅਤੇ ਤੁਸੀਂ ਸਵਾਲ ਜੋ ਮਰਜ਼ੀ ਕਰੋ। ਸਵਾਲ ਕੀਤੇ ਗਏ ਉਹਨਾਂ ਨੂੰ ਅਤੇ ਉੱਥੇ ਉਹ ਬੜਾ, ਇੱਕ ਆਈ ਪੀ ਐਸ ਅਫਸਰ ਸੀ, ਦੂਸਰਾ ਬੜਾ ਸਟਰੋਂਗ ਹੋ ਕੇ ਆਇਆ ਸੀ, ਹੈਂਜੀ ਕਿ ਜੀ ਕੁਛ ਨਹੀਂ ਹੋਏਗਾ। ਅਤੇ ਉੱਥੇ ਆ ਕੇ ਅਤੇ ਅਟਕ ਗਏ ਜੁਆਇੰਟ ਕਮਿਸ਼ਨਰ ਸਾਹਿਬ, ਇੱਕ ਸਵਾਲ ਦੇ ਉੱਪਰ ਅਟਕ ਗਏ। ਅੱਛਾ, ਅਤੇ ਹੁਣ ਤੁਸੀਂ ਇਹ ਸਮਝ ਲਓ ਕਿ ਉਹ ਸਵਾਲ ਦੇ ਉੱਪਰ ਅਟਕਣ ਤੋਂ ਬਾਅਦ ਉਹਨਾਂ ਨੂੰ ਚਾਰਜਸ਼ੀਟ ਵੀ ਹੋਇਆ। ਹਾਂ, ਆਪਾਂ ਤੋਂ ਪਤਾ ਲੱਗ ਜਾਂਦਾ ਸਰ ਇੱਥੇ ਥੜਕ ਗਿਆ। ਹਾਂ, ਫੇਸ ਦੇ ਉੱਪਰ ਆ ਜਾਂਦਾ, ਬੰਦੇ ਦੇ ਫੇਸ ਦੇ ਉੱਪਰ ਆ ਜਾਂਦਾ, ਫੇਸ ਦੇ ਉੱਪਰ ਆ ਜਾਂਦਾ, ਥੜਕ ਗਿਆ ਕਿ ਹੁਣ ਇੱਥੋਂ। ਯੈਸ, ਸੋ ਇੱਕ ਨਹੀਂ ਬਹੁਤ ਸੇ ਐਸੇ ਲੋਕ ਜਿਹੜੇ ਬਾਹਰੋਂ ਤਿਆਰ ਹੋ ਕੇ ਆਉਂਦੇ ਆ, ਪਰ ਤਰੀਕਾ ਯਾਨੀ ਕਿ ਈਡੀ ਦਾ ਆਪਣਾ ਹੀ ਹੈ ਕੰਮ ਕਰਨ ਦਾ ਜਾਂ ਜਿਸ ਤਰੀਕੇ ਨਾਲ ਜੀ ਕਰੀਏ। ਜੋ ਸਵਾਲ ਸਾਡੇ ਕੋਲ ਹੁੰਦੇ ਆ ਉਹ ਸਵਾਲ ਜਿਹੜਾ ਸਾਡੇ ਕੋਲ ਐਵੀਡੈਂਸ ਹੁੰਦਾ ਉਹਦੇ ਉੱਪਰ ਸਵਾਲ ਹੁੰਦੇ। ਬਾਹਰ ਤੋਂ ਕੀ ਸਵਾਲ? ਬਿਲਕੁਲ ਠੀਕ, ਸਾਡੇ ਕੋਲ ਐਵੀਡੈਂਸ ਹੈ, ਉਹਦੇ ਉੱਪਰ ਸਵਾਲ ਪੁੱਛਦੇ ਆ। ਸ਼ੁਰੂਆਤ ਚ ਗੱਲ ਕੀਤੀ ਕਿ ਤੱਥਾਂ ਤੋਂ ਬਾਹਰ ਤਾਂ ਜਾਣੇ, ਕਿਉਂਕਿ ਜਵਾਬ ਕੱਲ ਨੂੰ ਅਫਸਰ ਨੂੰ ਵੀ ਜਵਾਬ ਦੇਣਾ ਹੀ ਪੈਣਾ। ਅਸੀਂ ਵੀ ਜਵਾਬ ਦੇਣਾ, ਅਲਟੀਮੇਟਲੀ ਅੰਡਰ ਦੀ ਲਾਅ ਸੇ ਕੰਮ ਕਰਦੇ ਹਾਂ। ਬਿਲਕੁਲ ਠੀਕ, ਅਸੀਂ ਕੋਈ ਮਾਲਕ ਨਹੀਂ ਹੈਗੇ, ਅਸੀਂ ਕੋਈ ਮਾਲਕ ਨਹੀਂ ਹੈਗੇ, ਅਸੀਂ ਐਜ਼ ਆਫੀਸਰਸ ਹੈਗੇ ਹਾਂ, ਏਜੰਟ ਹੈ ਲਾਅ ਦੇ, ਪਬਲਿਕ ਦੇ ਸਰਵੈਂਟ ਹੈ ਅਸੀਂ, ਲਾਅ ਦੇ ਮਤਹਿਤ ਹੈਗੇ ਹਾਂ ਅਸੀਂ, ਉਹਦੇ ਅੰਡਰ ਕੰਮ ਕਰਦੇ ਹਾਂ। ਜੇ ਉਹ ਕ੍ਰਾਈਮ ਕਰਦਾ ਹੈ ਤਾਂ ਫਿਰ ਅਸੀਂ ਜੇ ਕ੍ਰਾਈਮ ਕੀਤਾ ਤਾਂ ਸਾਡਾ ਵੀ ਹਾਲ ਉਹੀ ਹੋਣਾ ਫਿਰ। ਸੋ ਐਸਾ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਨਾਲ ਕੋਈ ਵਧੀਕੀ ਕਰ ਸਕਦੇ ਹਾਂ, ਨਹੀਂ। ਪਰ ਜਿਹੜਾ ਜਿਸ ਬੰਦੇ ਨੂੰ ਸਮਨ ਕੀਤਾ ਗਿਆ ਉਸ ਬੰਦੇ ਦੀ ਡਿਊਟੀ ਬਣਦੀ ਹੈ ਕਿ ਜਿਹੜਾ ਕੁਛ ਉਹਨੂੰ ਪਤਾ ਹੈ ਉਹ ਦੱਸੇ। ਜੇ ਉਹ ਨਹੀਂ ਦੱਸਦਾ ਤੇ ਫਿਰ ਅਸੀਂ ਮਜਬੂਰ ਕਰ ਦਿੰਦੇ ਹਾਂ ਕਿ ਦੱਸੋ ਜੀ, ਫਿਰ ਦੱਸ ਦਿੰਦੇ। ਤੇ ਈਡੀ ਦੇ ਸੰਬੰਧ ਇਹ ਵੀ ਮਤਲਬ ਹੈ ਕਿ ਜੇ ਸੱਦ ਲਿਆ ਤਾਂ ਇਹ ਬਿਠਾ ਹੀ ਲੈਣਗੇ, ਜੋ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਟੇਟਮੈਂਟ ਵੀ ਸਾਹਮਣੇ ਆਉਂਦੀ ਹੈ ਪਾਰਟੀ ਹੁਣ ਪਾਰਟੀ ਦੀ, ਸੰਮਨ ਸੱਦ ਲਿਆ ਤਾਂ ਗ੍ਰਿਫਤਾਰ ਹੀ ਕਰਨਾ ਚਾਹੁੰਦੇ ਨੇ। ਨਹੀਂ ਦੇਖੋ, ਇਸ ਤਰ੍ਹਾਂ ਹੈ ਕਿ ਗ੍ਰਿਫਤਾਰੀ ਡਿਫਰੈਂਟ ਚੀਜ਼ ਹੈ। ਸੰਮਨ ਕੀਤਾ ਇਹਦਾ ਮਤਲਬ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਤੁਹਾਡੀ ਪ੍ਰੈਜੈਂਸ ਚਾਹੀਦੀ ਹੈ, ਤੁਹਾਡੇ ਤੋਂ ਅਸੀਂ ਪੁੱਛਗਿੱਛ ਕਰਨੀ ਹੈ, ਇਨਵੈਸਟੀਗੇਸ਼ਨ ਵਾਸਤੇ ਅਸੀਂ ਐਵੀਡੈਂਸ ਇਕੱਠਾ ਕਰ ਰਹੇ ਹਾਂ। ਠੀਕ ਹੈ, ਸੰਮਨ ਦਾ ਸਿਰਫ ਇਹ ਮਤਲਬ, ਜੇ ਤੁਸੀਂ ਜੇ ਕੋਈ ਡਰਦਾ ਬੰਦਾ ਕਿ ਮੈਨੂੰ ਅਰੈਸਟ ਕਰ ਲੈਣਗੇ ਤੇ ਉਸ ਡਰ ਦਾ ਤਾਂ ਕੋਈ ਇਲਾਜ ਨਹੀਂ, ਉਹਦਾ ਕੋਈ ਇਲਾਜ। ਠੀਕ ਹੈ, ਹਾਂ ਜੇ ਰਿਕੁਆਇਰਡ ਹੈ, ਜੇ ਇਹ ਰਿਕੁਆਇਰਡ ਹੈ ਕਿ ਸਾਨੂੰ ਇਸ ਬੰਦੇ ਨੂੰ ਇਨਵੈਸਟੀਗੇਸ਼ਨ ਦੇ ਪਰਪਜ਼ ਵਾਸਤੇ ਅਰੈਸਟ ਕਰਨਾ ਹੈ ਤੇ ਫਿਰ ਅਰੈਸਟ ਕਰਨਾ ਹੈ, ਅਰੈਸਟ ਕਰਨਾ ਹੀ ਹੈ। ਹਾਂਜੀ, ਤੇ ਸੰਮਨ ਵੀ ਉਹਦੇ ਭੇਜਣਾ ਕਿ ਜਦੋਂ ਉਹਦੀ ਲੋੜ ਹੈ ਕੇਸ ਦੇ ਵਿੱਚ ਸੰਮਨ ਅਸੀਂ ਉਹਦੇ ਤੇ ਨਹੀਂ, ਅਦਰਵਾਈਜ਼ ਤਾਂ ਲੋੜ ਨਹੀਂ। ਹਾਂ, ਅਦਰਵਾਈਜ਼ ਸੰਮਨ ਦੀ ਅਸੀਂ ਭੇਜ ਨਹੀਂ ਸਕਦੇ, ਬਿਲਕੁਲ ਨਹੀਂ। ਉਹਦੀ ਰਿਕੁਆਇਰਮੈਂਟ ਹੈ, ਸੰਮਨ ਭੇਜਦੇ ਆ, ਕੁਛ ਨਾ ਕੁਛ ਪ੍ਰੂਫ ਹੋ ਰਿਹਾ ਉਸ ਬੰਦੇ ਦੇ ਕੋਲ। ਫਿਰ ਇੱਕ ਵਾਰ ਤੁਹਾਨੂੰ ਸੰਮਨ ਗਿਆ, ਦੋ ਵਾਰ ਸੰਮਨ ਜਾਂਦਾ, ਤਿੰਨ ਵਾਰ ਸੰਮਨ, ਮੇਰੇ ਖਿਆਲ ਮੈਂ ਤਿੰਨ ਵਾਰ ਤੋਂ ਸੰਮਨ ਜ਼ਿਆਦਾ, ਮੈਨੂੰ ਨਹੀਂ ਲੱਗਦਾ ਕਿਸੇ ਕੇਸ 'ਚ ਇੱਕ ਕੇਸ ਨੂੰ ਛੱਡ ਕੇ ਮੈਂ ਕਿਸੇ ਦਿੱਤੇ ਹੋਣੇ, ਫਾਈਵ ਫਾਈਵ 'ਚ ਬਾਕੀ ਰੂਟੀਨ ਕੇਸਾਂ ਜਾਂਦੇ ਰਹਿੰਦੇ। ਪਰ ਨੋਰਮਲੀ ਤਿੰਨ ਕੇਸ ਤੋਂ ਬਾਅਦ ਅਸੀਂ ਡਿਸਾਈਡ ਕਰ ਲੈਂਦੇ ਹਾਂ ਕਿ ਠੀਕ ਹੈ ਜੀ, ਫਿਰ ਲਾਅ ਵਿਲ ਟੇਕ ਇਟਸ ਕੋਰਸ। ਬਿਲਕੁਲ ਠੀਕ ਹੈ। ਦਬਾਵ ਕਿਸ ਤਰੀਕੇ ਦਾ ਰਹਿੰਦਾ ਸਰ ਅਫਸਰਾਂ 'ਤੇ? ਅਫਸਰਾਂ 'ਤੇ ਪ੍ਰੈਸ਼ਰ ਉੱਪਰੋਂ ਵੀ ਆਉਂਦਾ ਸਰ? ਨਹੀਂ ਦੇਖੋ, ਮੈਂ ਝੂਠ ਨਹੀਂ ਬੋਲਦਾ, ਦਬਾਵ ਰਹਿੰਦਾ, ਦਬਾਵ ਰਹਿੰਦਾ, ਪਰ ਇਹ ਡਿਪੈਂਡ ਕਰਦਾ ਕੌਣ ਅਫਸਰ ਹੈ ਅਤੇ ਕਿੰਨਾ ਦਬਾਅ ਮੰਨਦਾ।
ਕਿ ਸਾਨੂੰ ਕਿਸੇ ਨੂੰ ਅਰੈਸਟ ਕਰਕੇ ਕੋਈ ਮਜ਼ਾ ਨਹੀਂ ਆਉਂਦਾ ਕਿ ਅਸੀਂ ਅਰੈਸਟ ਕਰ ਲਿਆ ਕਿ ਲਓ ਜੀ ਅਸੀਂ ਇੰਨੇ ਅਰੈਸਟ ਕਰ ਲਏ, ਉਹ ਨਹੀਂ। ਅਰੈਸਟ ਇਸ ਲਈ ਕਰਦੇ ਹਾਂ ਕਿ ਉਹ ਬੰਦਾ ਸਾਡੀ ਇਨਵੈਸਟੀਗੇਸ਼ਨ ਜਿਹੜੀ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਇੰਟਰਫੇਅਰ ਨਾ ਕਰੇ, ਜਾਂ ਫਿਰ ਦੌੜ ਨਾ ਜਾਵੇ, ਜਾਂ ਫਿਰ ਸਬੂਤ ਹੈ ਉਹਨੂੰ ਖਰਾਬ ਨਾ ਕਰਦੇ, ਉਹਨੂੰ ਖਤਮ ਨਾ ਕਰਦੇ, ਖਤਮ ਨਾ ਕਰਦੇ। ਤਿੰਨੇ ਗਰਾਊਂਡ, ਜੇ ਸਾਨੂੰ ਇਹ ਲੱਗਦਾ ਕਿ ਇਹ ਬੰਦਾ ਬਾਹਰ ਜਾ ਕੇ ਸਬੂਤ ਖਤਮ ਕਰੂਗਾ, ਮੇਰੀ ਇਨਵੈਸਟੀਗੇਸ਼ਨ ਨੂੰ ਇੰਟਰਫੇਅਰ ਕਰੂਗਾ, ਜਾਂ ਬੰਦਾ ਦੌੜ ਜਾਊਗਾ ਦੁਬਾਰਾ ਹੱਥ ਨਹੀਂ ਲੱਗੂਗਾ, ਫਿਰ ਉਹਦੀ ਅਰੈਸਟ ਜ਼ਰੂਰੀ। ਇੱਕ ਹੋਰ ਵੀ ਗੱਲ ਨਿਕਲ ਕੇ ਆਉਂਦੀ ਕਿ ਪੈਂਡੈਂਸੀ ਬਹੁਤ ਰਹਿੰਦੀ ਹੈ ਕੇਸਿਸ, ਯੈਸ, ਇਹਦਾ ਮੁੱਖ ਕਾਰਨ ਕੀ ਹੋ ਸਕਦਾ? ਅਤੇ ਨਾਲ ਹੀ ਸਵਾਲ ਦੂਸਰਾ ਵੀ ਮੈਂ ਕਰਾਂਗਾ ਕਿ ਪਿਕ ਐਂਡ ਚੂਜ਼ ਵਾਲਾ ਵੀ ਕੰਮ ਹੁੰਦਾ, ਤਾਂ ਫਿਰ ਉਹ ਗੱਲ ਆ ਕੇ ਉੱਥੇ ਹੀ ਆਉਂਦੀ ਹੈ ਕਿ ਚਾਹੇ ਉਹ ਵੋਟਾਂ ਦੇ ਆਲੇ ਦੁਆਲੇ ਹੋਵੇ ਜਾਂ ਪਰਟੀਕੁਲਰ ਕਿਸੇ ਜਗ੍ਹਾ ਨੂੰ ਹੋਵੇ, ਇਹਨੂੰ ਕਿਵੇਂ ਵੇਖਦੇ ਹੋ ਕਿ ਪੈਂਡੈਂਸੀ ਵੀ ਇੱਕ ਪਾਸੇ ਚੱਲਦੀ ਹੈ, ਫਿਰ ਨਾਲ ਇਹ ਵੀ ਇਲਜ਼ਾਮ ਲੱਗਣੇ ਪਿਕ ਐਂਡ ਚੂਜ਼, ਅਤੇ ਖਾਸ ਕਰਕੇ ਉਹ ਸਮਾਂ? ਦੇਖੋ ਪੈਂਡੈਂਸੀ, ਯੈਸ, ਪੈਂਡੈਂਸੀ ਦੀ ਪ੍ਰੋਬਲਮ ਰਹੀ ਬਿਲਕੁਲ ਜੀ, ਕਿਉਂਕਿ ਸਟਾਫ ਤੁਹਾਡੇ ਕੋਲ ਉਨਾ ਨਹੀਂ ਹੈਗਾ। ਸਟਾਫ ਦੀ ਮੇਨ ਚੀਜ਼ ਹੈ ਕਿ ਸਟਾਫ ਤੁਹਾਡੇ ਕੋਲ ਹੋਣਾ ਚਾਹੀਦਾ, ਬਿਲਕੁਲ ਠੀਕ ਹੈ। ਇੱਕ ਕੋਈ ਅਫਸਰ ਮੇਰੇ ਹਿਸਾਬ ਨਾਲ 50 ਕੇਸਾਂ ਦਾ ਨਿਪਟਾਰਾ ਕਰ ਸਕਦਾ, ਜਾਂ 100 ਕੇਸ ਲਾ ਲਓ ਨਿਪਟਾਰਾ ਕਰ ਸਕਦਾ ਸਾਲ ਦੇ, ਸਾਲ ਦੇ, ਸਾਲ 100 ਕੇਸ ਮੀਨਸ ਜਿਹੜੇ ਦੂਸਰੇ ਸਿਵਲ ਕੇਸ ਹੈ, ਸਿਵਲ ਕੇਸ। ਤੇ ਜੇ ਤੁਸੀਂ ਕ੍ਰਿਮੀਨਲ ਕੇਸ ਲਾਓ ਮਨੀ ਲਾਂਡਰਿੰਗ ਦੇ ਅੰਡਰ, ਉਹ ਇੱਕ ਅਫਸਰ 5-7 ਕੇਸਾਂ ਦਾ ਮੈਕਸੀਮਮ ਨਿਪਟਾਰਾ ਕਰ ਸਕਦਾ, ਇਨਵੈਸਟੀਗੇਟ ਕਰ ਸਕਦਾ। ਜੇ ਤੁਸੀਂ ਉਸ ਬੰਦੇ ਨੂੰ 500 ਕੇਸ ਦੇ ਦਿਓਗੇ, 200 ਕੇਸ ਦੇ ਦਿਓਗੇ, ਤਾਂ ਉਹ ਫਿਰ ਸਫਰ ਕਰੂਗੀ ਇਨਵੈਸਟੀਗੇਸ਼ਨ। ਤੇ ਇੱਕ ਪ੍ਰੋਬਲਮ ਹੈ ਕਿ ਸਾਡੇ ਕੋਲ ਰਿਸੋਰਸਿਸ ਘੱਟ, ਨੇ, ਮੈਨ ਪਾਵਰ ਬਹੁਤ, ਮੈਨ ਪਾਵਰ। ਪੂਰੇ ਹਿੰਦੁਸਤਾਨ 'ਚ ਤੁਸੀਂ ਰਹੇ ਹੋ, 35 ਸਾਲ ਦਾ ਤਜਰਬਾ ਹੈ ਸਿਸਟਮ 'ਚ ਰਹਿ ਕੇ, ਗੱਲਾਂ ਹੋਰ ਹੁੰਦੀਆਂ, ਹੁਣ ਚਲੋ ਰਿਟਾਇਰਮੈਂਟ 'ਤੇ ਹੋਏ ਹੋ, ਇਸ ਵੇਲੇ ਵਰਕਿੰਗ ਕਿਵੇਂ ਵੇਖਦੇ ਹੋ ਪੂਰੇ ਇੰਡੀਆ ਦੇ ਵਿੱਚ ED ਦੀ, ਜਿਸ ਤਰੀਕੇ ਦੇ ਨਾਲ ਸਵਾਲਾਂ ਦੇ ਘੇਰੇ 'ਚ ਵੀ ਆਉਂਦੀ ਹੈ, ਕਿਵੇਂ ਵੇਖਦੇ ਹੋ ਸਰ? ਇਹ ਦੇਖੋ, ਜੇ ਏਜੰਸੀ ਜਿਹੜੀ ਹੈ, ਕੋਈ ਪੁਲਿਸ ਵੀ ਤਾਂ ਤੁਸੀਂ ਲਾ ਲਓ, ED ਨੂੰ ਲਾ ਲਓ, ਇਹ ਮੈਂ ਕਿਵੇਂ ਸਾਰੇ ਸਵਾਲਾਂ ਦੇ ਘੇਰੇ 'ਚ ਹੁੰਦੇ ਹਮੇਸ਼ਾ ਹੀ, ਕਿਉਂਕਿ ਕੁਛ ਲੋਕ ਖੁਸ਼ ਰਹਿੰਦੇ ਆ, ਕੁਛ ਲੋਕ ਨਾਰਾਜ਼ ਹੁੰਦੇ ਜੀ ਬਿਲਕੁਲ, ਤੇ ਜਿਹੜੇ ਨਾਰਾਜ਼ ਹੁੰਦੇ ਆ ਉਹ ਸਵਾਲਾਂ ਦੇ ਘੇਰੇ 'ਚ। ਅੱਗੇ ਨਾਲੋਂ ਕਿੰਨਾ ਚੁਸਤ ਫੁਰਤ ਹੋਇਆ ED ਤੁਹਾਡੇ ਸਮੇਂ ਨਾਲ ਹੁਣ? ਨਹੀਂ, ਚੁਸਤ ED ਇਸ ਤੋਂ ਵੀ ਪਹਿਲਾਂ ਰਿਹਾ, ਇਸ ਤੋਂ ਜ਼ਿਆਦਾ ਰਿਹਾ ਚੁਸਤ, ਮਤਲਬ ਕਿ ਹੁਣ ਘੱਟ ਮੰਨਦੇ ਹੋ ਕਿ ਹੁਣ ਘੱਟ ਹੈ ਇਸ ਵੇਲੇ? ਮੇਰੇ ਹਿਸਾਬ ਨਾਲ ਅਸੀਂ ਫੇਰਾ ਦੇ ਟਾਈਮ 'ਚ ਬਹੁਤ ਚੁਸਤ ਸੀਗੇ, ਬਹੁਤ ਚੁਸਤ ਸੀਗੇ। ਅਤੇ ਉਦੋਂ ਦੇ ਚੁਸਤੀ ਅਤੇ ਹੁਣ ਦੇ ਚੁਸਤੇ 'ਚ ਕੀ ਫਰਕ ਹੈ ਜੀ? ਉਦੋਂ ਚੁਸਤੀ ਅਤੇ ਹੁਣ ਦੇ 'ਚ ਇਹ ਫਰਕ ਹੈ ਕਿ ਉਸ ਟਾਈਮ ਨੋਰਮਲੀ ਸਮਗਲਰ ਜਾਂ ਜਿਹੜੇ ਹਵਾਲਾ ਆਪਰੇਟਰਸ ਉਹ ਹਿੱਟ ਹੁੰਦੇ ਸੀ ਅਤੇ ਬਿਜ਼ਨਸ ਵਾਲੇ ਵੀ ਹਿੱਟ ਹੁੰਦੇ ਸੀ, ਪਰ ਹੁਣ ਮੇਰੇ ਖਿਆਲ ਨੂੰ ਪੋਲੀਟੀਕਲ ਲੋਕ ਵੀ ਹਿੱਟ ਹੁੰਦੇ ਜ਼ਿਆਦਾ, ਮੈਨੂੰ ਲੱਗਦਾ ਜ਼ਿਆਦਾ ਹੁੰਦੇ ਪੋਲੀਟੀਕਲ। ਸੋ ਹੁਣ ਇਹ ਤਾਂ ਕਰਕੇ ਚੀਕਦੇ ਹੈ ਕਿ ਜੀ ਤੁਸੀਂ ਇਲੈਕਸ਼ਨ ਦੇ ਟਾਈਮ ਇਹ ਕਰ ਰਹੇ ਹੋ। ਇੱਕ ਹੋਰ ਗੱਲ ਕਿ ਕੀ ਟਾਈਮ ਹੋਏਗਾ ਅਤੇ ਕਿੱਥੇ ਇਨਵੈਸਟੀਗੇਸ਼ਨ ਹੋਏਗੀ ਅਤੇ ਕਦੋਂ ਮੈਂ ਕਿਸੇ ਨੂੰ ਸੰਮਨ ਕਰਨਾ ਹੈ, ਉਹ ਡਿਸਾਈਡ ਆਈਓ ਨੇ ਕਰਨਾ, ਉਹ ਡਿਸਾਈਡ ਕਿਸੇ ਹੋਰ ਜਗ੍ਹਾ ਬੈਠਾ ਬੰਦਾ ਨਹੀਂ ਕਰ ਸਕਦਾ, ਮੈਡਲਮੈਨ ਕੋਈ ਨਹੀਂ ਕਰਦਾ, ਨਹੀਂ ਉਹ ਕੁਛ ਨਹੀਂ ਕਰ ਸਕਦਾ, ਬਿਲਕੁਲ ਠੀਕ। ਬਾਹਰ ਵਾਲਾ ਬੰਦਾ ਕਿੱਦਾਂ ਕਹਿ ਸਕਦਾ ਮੇਰੇ ਘਰ ਆ ਕੇ ਬਿਆਨ ਲੈ ਲਓ, ਜਾਂ ਜੀ ਤੁਸੀਂ ਅਗਲੇ ਸਾਲ ਲੈ ਲੈਣਾ, ਜਾਂ ਜੀ ਤੁਸੀਂ ਪਿਛਲੇ ਸਾਲ ਕਿਉਂ ਨਹੀਂ ਆਏ, ਉਹ ਤਾਂ ਜਿਸ ਟਾਈਮ ਕਿਉਂ ਲੈ ਰਹੇ ਹੋ। ਜੋ ਦਰਸ਼ਕ ਤੁਹਾਨੂੰ ਸੁਣ ਰਹੇ ਨੇ ਸਰ ਜੀ, ਸੁਨੇਹਾ ਕੀ ਦਿੰਦੇ ਹੋ ਕਿ ਜੋ ਐਕਸਪੀਰੀਅੰਸ ਵੀ ਰਿਹਾ 35 ਸਾਲਾਂ ਦਾ, ਇੱਕ ਬਹੁਤ ਲੰਬਾ ਤਜਰਬਾ ਹੈ, ਕਿਵੇਂ ਸਾਫ਼ ਸੁਥਰੇ ਤਰੀਕੇ ਦੇ ਨਾਲ ਕੰਮ ਕੀਤਾ ਜਾ ਸਕਦਾ, ਨਹੀਂ ਤਾਂ ਕਾਨੂੰਨ ਦੇ ਤਾਂ ਹੱਥ ਲੰਬੇ ਹੀ ਨੇ? ਦੇਖੋ ਜੀ, ਸਮਾਜ ਦੇ ਵਿੱਚ ਜਦ ਤੱਕ ਕਰਪਸ਼ਨ ਜਾਂ ਕ੍ਰਾਈਮ, ਕੋਈ ਵੀ ਸੀਰੀਅਸ ਕ੍ਰਾਈਮ ਰਹੇਗਾ, ਉਹਦੇ ਨਾਲ ਨਜਿੱਠਣ ਵਾਸਤੇ ਏਜੰਸੀਆਂ ਵੀ ਚਾਹੀਦੀਆਂ। ਇਹ ਜਿਹੜੀ ਏਜੰਸੀਜ਼ ਹੈ ਇਹ ਸਮਾਜ ਦੀ ਸੇਵਾ ਵਾਸਤੇ ਹੈ, ਏਜੰਸੀ ਕੋਈ ਇੱਕ ਪਾਰਟੀ ਦੀ ਜਾਂ ਕਿਸੇ ਸਰਕਾਰ ਦੀ ਐਸਾ ਨਹੀਂ ਹੈਗਾ, ਇਹ ਅੰਡਰ ਦੀ ਲਾਅ ਕੰਮ ਕਰ ਰਹੀਆਂ, ਕੰਸਟੀਟਿਊਸ਼ਨ ਦੇ ਵਿੱਚ ਸਾਡੀ ਮਤਲਬ ਮਤਹਿਤ ਹੈ ਅਸੀਂ,
ਅਤੇ ਉਹ ਜਿਹੜਾ ਕੰਮ ਕਰ ਰਹੇ ਉਹ ਸਮਾਜ ਵਾਸਤੇ ਦੇਸ਼ ਵਾਸਤੇ। ਸਮਾਜ ਨੂੰ ਵੀ ਇਹ ਚਾਹੀਦਾ, ਪਬਲਿਕ ਨੂੰ ਵੀ ਚਾਹੀਦਾ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਏਜੰਸੀਜ਼ ਹੈ ਉਹਨਾਂ ਦੇ ਉੱਪਰ ਥੋੜ੍ਹੇ ਨਜ਼ਰ ਵੀ ਰੱਖਣ ਤਾਂ ਕਿ ਹੋਰ ਬਹੁਤ ਅੱਛਾ ਕੰਮ ਕਰਨ ਅਫਸਰ, ਕਿਉਂਕਿ ਜਦੋਂ ਇੱਕ ਡੈਮੋਕ੍ਰੇਟਿਕ ਸਾਡਾ ਕੰਟਰੀ ਹੈ, ਜਦੋਂ ਸਮਾਜ ਦੇ ਲੋਕ ਆਪਣੇ ਮਹਿਕਮਿਆਂ ਦੇ ਉੱਪਰ ਆਪਣੇ ਲੀਡਰਾਂ ਦੇ ਉੱਪਰ ਨਜ਼ਰ ਨਹੀਂ ਰੱਖਦੇ ਤਾਂ ਫਿਰ ਉਹ ਥੋੜ੍ਹੇ ਐਰੋਗੈਂਟ ਹੋ ਸਕਦੇ ਨੇ। ਇੱਕ ਤਾਂ ਸਮਾਜ ਦੀ ਪੂਰੀ ਨਜ਼ਰ ਰਹਿਣੀ ਚਾਹੀਦੀ ਹੈ, ਦੂਸਰਾ ਜਿਹੜੇ ਆਫਿਸਰਜ਼ ਹੈ ਜਾਂ ਏਜੰਸੀਜ਼ ਹੈ ਉਹਨਾਂ ਨੇ ਵੀ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਇਲੀਗਲ ਐਕਟੀਵਿਟੀ ਉਹਨਾਂ ਵੱਲੋਂ ਨਾ ਹੋ। ਜਿਸ ਤਰ੍ਹਾਂ ਐਲੀਗੇਸ਼ਨ ਲੱਗ ਰਹੇ ਹੈ ਹੁਣ ਸਾਰੇ ਕੰਟਰੀ ਦੇ ਵਿੱਚ ਹਾਹਾਕਾਰ ਹੈ ਕਾਫੀ ਟਾਈਮ ਤੋਂ ਕਿ ਜੀ ਈਡੀ ਇਹ ਕਰ ਰਿਹਾ, ਈਡੀ ਉਹ ਕਰ ਰਿਹਾ। ਬਿਲਕੁਲ ਠੀਕ ਹੈ। ਸੋ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਦੀ ਐਲੀਗੇਸ਼ਨ ਨਹੀਂ ਹੋਣੇ ਚਾਹੀਦੇ। ਸਾਨੂੰ ਈਵਨ ਹੈਂਡਡ ਹੋਣਾ ਚਾਹੀਦਾ, ਸਾਡੇ ਵਾਸਤੇ ਤਾਂ ਜਿਹੜਾ ਕੇਸ ਹੈ ਉਹ ਕੇਸ ਹੈ, ਉਹ ਕਿਸੇ ਪਾਰਟੀ ਦਾ ਜਾਂ ਕਿਸੇ ਇੰਡੀਵਿਜੁਅਲ ਸਪੈਸੀਫਿਕ ਉਹ ਨਹੀਂ ਹੈਗਾ। ਜਿਸ ਦਾ ਵੀ ਆ ਗਿਆ ਕੋਈ ਪਾਰਟੀ ਦਾ ਹੈ ਉਹਦੇ ਨਾਲ ਕੋਈ ਤਾਂ ਫਰਕ ਨਹੀਂ ਪੈਂਦਾ। ਜੇ ਉਹਦੇ ਵਿੱਚ ਐਵੀਡੈਂਸ ਹੈਗਾ ਇਨਵੈਸਟੀਗੇਸ਼ਨ ਕਰਕੇ ਉਹਨੂੰ ਪ੍ਰੋਸੀਕਿਊਟ ਕਰਕੇ ਉਹਨੂੰ ਸਜ਼ਾ ਦਿਲਾਓ, ਜੇ ਐਵੀਡੈਂਸ ਨਹੀਂ ਹੈਗਾ ਤਾਂ ਇਨਵੈਸਟੀਗੇਸ਼ਨ ਕਰਕੇ ਚਲੋ ਜੀ, ਸਤਿ ਸ਼੍ਰੀ ਅਕਾਲ। ਮੇਰੇ ਹਿਸਾਬ ਨਾਲ ਮੈਂ ਕੋਸ਼ਿਸ਼ ਕੀਤੀ ਕਿ ਮੈਂ ਬਾਇਸਡ ਨਾ ਹੋਵਾਂ, ਇੰਪਾਰਸ਼ਲ ਹੋਵਾਂ। ਪਰ ਕਿਤੇ ਨਾ ਕਿਤੇ ਹੁਣ ਦੇਖਦੇ ਹੋ ਕਿ ਚੀਜ਼ ਕਿਤੇ ਨਾ ਕਿਤੇ ਹਾਵੀ ਹੁੰਦੀ ਹੈ, ਜਿਹੜਾ ਤੁਸੀਂ ਇੰਪਾਰਸ਼ਲ ਵਰਡ ਯੂਜ਼ ਕੀਤਾ। ਉਹ ਜੇ ਹਾਵੀ ਹੁੰਦੀ ਤਾਂ ਹੋਣੀ ਨਹੀਂ ਚਾਹੀਦੀ, ਜਿੱਥੇ ਵੀ ਹੈ ਉਹ ਹਾਵੀ ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਚਾਹੀਦੀ, ਕਿਉਂਕਿ ਜੇ ਸਾਡੇ ਉੱਪਰ ਵਿਸ਼ਵਾਸ ਨਹੀਂ ਰਿਹਾ ਸਮਾਜ ਦਾ ਤਾਂ ਫਿਰ ਉਹ ਠੀਕ ਨਹੀਂ। ਕਿਉਂਕਿ ਤੁਸੀਂ ਗੱਲ ਸ਼ੁਰੂਆਤ ਵਿੱਚ ਕੀਤੀ ਨਾ ਕਿ ਜਿੰਨੀ ਦੇਰ ਤੱਕ ਵਿਕਟਮ ਨਹੀਂ ਅੱਗੇ ਆਉਂਦਾ, ਜਿਹਦੇ ਨਾਲ ਹੋਈ ਹੈ ਚਾਹੇ ਘਟਨਾ ਹੋਈ ਹੈ ਚਾਹੇ ਜਿਸ ਤਰੀਕੇ ਦੇ ਨਾਲ ਜਿਹੜਾ ਇਫੈਕਟ ਪਰਸਨ ਆ ਉਹ ਅੱਗੇ ਨਹੀਂ ਆਉਂਦਾ, ਉਨੀ ਦੇਰ ਤੱਕ ਸ਼ੁਰੂਆਤ ਵਿੱਚ ਇਸ ਚੀਜ਼ ਨੂੰ ਫੜਿਆ ਨਹੀਂ ਜਾ ਸਕਦਾ। ਤਾਂ ਹੀ ਤੁਸੀਂ ਕਿਹਾ ਕਿ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਮੈਂ ਇੱਕ ਐਗਜ਼ਾਮਪਲ ਦਿੰਦਾ, ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਡਰੱਗ ਦਾ ਬਹੁਤ ਜ਼ਿਆਦਾ ਇੱਕ ਮਿਨਾਸ ਹੈ, ਇੱਕ ਬਹੁਤ ਜ਼ਿਆਦਾ ਮੁਸੀਬਤ ਹੈ ਡਰੱਗ। ਬੱਚੇ ਸਾਡੇ ਮਰ ਰਹੇ, ਬਿਲਕੁਲ ਪਰਿਵਾਰ ਦੇ ਪਰਿਵਾਰ ਸਾਡੇ ਖਤਮ ਹੋ ਰਹੇ, ਸਾਡੀ ਜਵਾਨੀ ਖਤਮ ਹੋ ਰਹੀ ਹੈ, ਅਤੇ ਕੁਛ ਲੋਕ ਇੰਡੀਆ ਛੱਡ ਕੇ ਬਾਹਰ ਜਾ ਰਹੇ, ਪੰਜਾਬ ਛੱਡ ਕੇ ਬਾਹਰ ਚਲੇ ਗਏ, ਕੁਛ ਮਰ ਗਏ, ਕੁਛ ਕੰਪੀਟੈਂਟ ਨਹੀਂ ਹੈਗੇ, ਉਹ ਦਾਰੂ ਉਹ ਡਰੱਗ ਖਾ ਕੇ ਉਹ ਖਤਮ ਹੋ ਗਏ, ਮਰੇ ਨਹੀਂ ਪਰ ਖਤਮ ਹੋ ਗਏ। ਸੋ ਇਹ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਇਹਦੇ ਲਈ ਸਮਾਜ ਦੇ ਲੋਕਾਂ ਨੂੰ ਮਹਿਕਮਿਆਂ ਨੂੰ ਥੋੜ੍ਹਾ ਜਿਹਾ ਕੋਪਰੇਟ ਕਰਨਾ ਚਾਹੀਦਾ, ਅੱਗੇ ਆਉਣਾ ਚਾਹੀਦਾ, ਕਿਉਂਕਿ ਐਂਡ ਆਫ ਦ ਡੇ ਹੱਲ ਚਾਹੀਦਾ ਉਸ ਚੀਜ਼ ਦਾ। ਉਹ ਤਾਂ ਹੱਲ ਚਾਹੀਦਾ, ਕਿਉਂਕਿ ਹੱਲ ਤਾਂ ਫਿਰ ਤੁਸੀਂ ਇਹ ਏਜੰਸੀਆਂ ਹੀ ਕਰਨਗੀਆਂ ਨਾ ਕੰਮ, ਕਿੱਥੋਂ ਲਿਆਓਗੇ ਤੁਸੀਂ? ਕਿਉਂਕਿ ਜੇ ਡਰ ਹੀ ਇੰਨਾ ਹਾਵੀ ਹੋ ਗਿਆ ਤਾਂ ਫਿਰ ਹਾਲ ਤਾਂ ਦੂਰ ਤੱਕ ਨਹੀਂ ਹੈਗਾ। ਬਿਲਕੁਲ ਬਿਲਕੁਲ, ਇਸ ਲਈ ਇਹ ਜ਼ਰੂਰੀ ਹੈ ਸਮਾਜ ਦਾ ਕੋਪਰੇਸ਼ਨ ਮਹਿਕਮਾ ਨੂੰ ਜ਼ਰੂਰੀ। ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ। ਇਹ ਤੁਸੀਂ ਗੱਲਬਾਤ ਸੁਣੀ ਹੈ ਕਿ ਡਿਪਟੀ ਡਾਇਰੈਕਟਰ ਈਡੀ ਤੋਂ ਰਿਟਾਇਰ ਹੋਏ ਨਰਿੰਦਰ ਸਿੰਘ ਹੋਰਾਂ ਦੀ, ਕਿ 35 ਸਾਲ ਦਾ ਤਜਰਬਾ ਰਿਹਾ ਉਹਨਾਂ ਦਾ, ਬਹੁਤ ਸਾਰੇ ਕੇਸ ਇਹਨਾਂ ਨੇ ਸੋਰਟ ਆਊਟ ਕੀਤੇ ਨੇ, ਅਤੇ ਖਾਸ ਕਰਕੇ ਗੱਲਬਾਤ ਆਖੀ ਹੈ ਕਿ ਈਡੀ ਦੀਆਂ ਜਿਹੜੀਆਂ ਨਜ਼ਰਾਂ ਨੇ ਹਰੇਕ ਉਸ ਸ਼ਖਸ਼ 'ਤੇ, ਇਨਸਾਨ ਦੇ ਉੱਤੇ ਹੈਗੀਆਂ ਨੇ ਜੋ ਗਲਤ ਕੰਮ ਕਰਦਾ, ਅਤੇ ਕਿਸ ਤਰੀਕੇ ਨਾਲ ਡਿਪਾਰਟਮੈਂਟ ਕੰਮ ਕਰਦਾ ਵੈ ਉਹਦੀ ਵੀ ਜਿਹੜਾ ਕਿ ਖੁੱਲ੍ਹ ਕੇ ਗੱਲ ਆਖੀ ਹੈ, ਅਤੇ ਇੱਕ ਅਪੀਲ ਵੀ ਲੋਕਾਂ ਨੂੰ ਕੀਤੀ ਹੈ ਕਿ ਖੁਦ ਅੱਗੇ ਆਉਣ, ਜਿਸ ਕਿਸੇ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਕੋਈ ਘਟਨਾ ਹੁੰਦੀ ਹੈ, ਦੋ ਜਿਹੜੇ ਉਹਨਾਂ ਨੇ ਐਕਟਸ ਦੀ ਗੱਲ ਆਖੀ ਹੈ ਫੈਮਾ ਦੀ ਅਤੇ PMLA ਦੀ, ਉਹਨੂੰ ਵੀ ਡਿਟੇਲ 'ਚ ਉਹਨਾਂ ਨੇ ਦੱਸਿਆ ਵੈ ਕਿ ਕਿਸ ਤਰੀਕੇ ਦੇ ਨਾਲ ਈਡੀ ਇਹਦੇ 'ਤੇ ਕੰਮ ਕਰਦੀ ਹੈ, ਅਤੇ ਲੋਕਾਂ ਦਾ ਕੀ ਫਰਜ਼ ਬਣਦਾ, ਅਤੇ ਲੋਕਾਂ ਨੂੰ ਕਿਹੜੀਆਂ ਗੱਲਾਂ ਦੇ ਨਾਲ ਅਵੇਅਰ ਹੋਣਾ ਜ਼ਰੂਰੀ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ, PTC ਨਿਊਜ਼, ਜਲੰਧਰ।